ਖੇਤੀ ਮੰਤਰੀ ਕੋਲ ਖੇਤੀ ਨਾਲ ਸੰਬੰਧਿਤ ਗੱਲਾਂ ਦਾ ਜਵਾਬ ਨਹੀਂ ਆ ਤਾਂ ਫਿਰ ਤੁਸੀਂ ਖੇਤੀ ਮੰਤਰੀ ਕਿਸ ਗੱਲ ਲਈ ਜਦੋਂ ਤੁਸੀਂ ਇੱਕ 500000 ਜਾਂ 50 ਲੱਖ ਰੁਪਏ ਵਾਲੇ ਕਰਜ਼ੇ ਲਈ ਕਿਸਾਨ ਦੀ ਫੋਟੋ ਬੈਂਕ ਦੇ ਬਾਹਰ ਲਾਉਂਦੇ ਹੋ ਤੇ ਉਹਦੀ ਛਵੀ ਨਹੀਂ ਖਰਾਬ ਹੁੰਦੀ ਫਿਰ ਜੇ ਖੇਤੀ ਮੰਤਰੀ ਇਹ ਕਹਿੰਦਾ ਹੈ ਕਿ ਉਹਦੇ ਕੋਲ ਮਰਨ ਵਾਲੇ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਜਿਹੜੇ ਲੋਕ ਮਰੇ ਨੇ ਇਹਨਾਂ ਦਾ ਸਰਕਾਰ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇ ਸਰਕਾਰ ਨੇ ਉਸ ਗੱਲ ਦੇ ਉੱਤੇ ਬਿਲਕੁਲ ਇੱਕ ਮੈਨਾ ਮੰਨੂ ਵਾਲੀ ਸਥਿਤੀ ਬਣਾਈ ਹੋਈ ਹੈ ਪੰਜਾਬੀ ਯੂਨੀਵਰਸਿਟੀ ਵਰਗੀ ਸੰਸਥਾ ਦੇ ਵਿੱਚ ਮੁਲਾਜ਼ਮਾਂ ਨੂੰ 2-2 ਮਹੀਨੇ ਤੋਂ ਤਨਖਾਹ ਜਿਹੜੀ ਉਹ ਕਿਉਂ ਨਹੀਂ ਮਿਲੀ ਭਰਾਨੀ ਦੀ ਗੱਲ ਹੋ ਗਈ ਤੁਹਾਨੂੰ ਇਹ ਜਾਣ ਕੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਧਿਆਪਕਾਂ ਨੂੰ ਹਾਜ਼ਰੀ ਰਜਿਸਟਰ ਵੀ ਸਰਕਾਰ ਨਹੀਂ ਦੇ ਰਹੀ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਮਾਹਿਰ ਮਹਿਮਾਨ ਦੇ ਤੌਰ ਤੇ ਮੌਜੂਦ ਨੇ ਅਮਰਿਤ ਸ਼ਰਮਾ ਜੀ ਅਮਰਿਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ ਧੰਨਵਾਦ ਪ੍ਰਮੇਂਦਰ ਜੀ ਦਰਸ਼ਕਾਂ ਨਾਲ ਜਿਹੜੇ ਮੁੱਦੇ ਵਿਚਾਰਾਂਗੇ ਉਹਨਾਂ 'ਚ ਹੈ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਭਾਰਤ ਵੱਲੋਂ ਬਣਾਇਆ ਗਿਆ WhatsApp ਦਾ ਦੇਸੀ ਵਰਜਨ ਕਿਹੜਾ ਹੈ ਤੇ ਗੱਲ ਕਰਾਂਗੇ ਸੁਪਰੀਮ ਕੋਰਟ ਦੀ ਕਿਉਂਕਿ ਉਹਨਾਂ ਨੇ ਕੇਂਦਰ ਤੇ ਟਵਿੱਟਰ ਨੂੰ ਫਿਰ ਤੋਂ ਨੋਟਿਸ ਜਾਰੀ ਕੀਤਾ ਹੈ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵਰਗੀ ਬਕਾਰੀ ਯੂਨੀਵਰਸਟੀਆਂ ਦੇ ਸਟਾਫ ਮੈਂਬਰਾਂ ਨੂੰ ਕਿਉਂ ਹੈ ਤਨਖਾਹ ਦੀ ਲੋੜ ਇਹਦੇ ਬਾਰੇ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਤੇ ਸਥਾਨਕ ਚੋਣਾਂ ਦਾ ਮਾਹੌਲ ਕਿੱਥੋਂ ਤੱਕ ਪਹੁੰਚਿਆ ਕਿਉਂਕਿ ਪਲਕੇ ਵੋਟਾਂ ਦੀ ਹੈ ਪੂਰੀ ਤਿਆਰੀ ਇਹਨਾਂ ਸਾਰੇ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵੀ ਵਿਚਾਰਾਂਗੇ ਤੇ ਅਮਰਜੀਤ ਤੋਂ ਪਹਿਲਾ ਮੁੱਦੇ ਵੱਲ ਆਉਨੇ ਆ ਤੇ ਪਹਿਲਾ ਸਵਾਲ ਹੈ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਰਾਜ ਸਭਾ 'ਚ ਦਿੱਤਾ ਬਿਆਨ ਜੀ ਉਹ ਬਿਆਨ ਕੀ ਹੈ ਤੇ ਕਿਉਂ ਉਹਨਾਂ ਨੇ ਬਿਆਨ ਦਿੱਤਾ ਪ੍ਰਮਿੰਦਰ ਜੀ ਮੁੱਦਿਆਂ ਦੀ ਪਰਮਾਰਿਆ ਤੇ ਸਾਡੇ ਮੁਲਕ ਦੇ ਵਿੱਚ ਮੁੱਦੇ ਹਮੇਸ਼ਾ ਛਾਏ ਰਹਿੰਦੇ ਆ ਕਿਸਾਨੀ ਅੰਦੋਲਨ ਦੀ ਅਸੀਂ ਜੇ ਗੱਲ ਕਰੀਏ ਜੇ ਇਹ ਨਾਂ ਵੀ ਹੁੰਦਾ ਤੇ ਬਹੁਤ ਸਾਰੀਆਂ ਸਮੱਸਿਆਵਾਂ ਆਲਰੇਡੀ ਸਿਗੀਆਂ ਤੇ ਵਿਚਾਰਾਂ ਲਈ ਤੇ ਚਰਚਾ ਲਈ ਵਿਚਾਰ ਸਾਨੂੰ ਮਿਲ ਹੀ ਜਾਂਦੇ ਆ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਨਿਰਿੰਦਰ ਸਿੰਘ ਤੋਮਰ ਦਾ ਜਿਹੜਾ ਬਿਆਨ ਆ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਸੀਗਾ ਸਵਾਲ ਤੇ ਇਹੀ ਸੀਗਾ ਕਿ ਜਿਹੜੇ ਮੌਤ ਹੋਈ ਆ ਕਿੰਨੇ ਕਿਸਾਨ ਨੇ ਤੇ ਉਹਨਾਂ ਦੇ ਨਾਲ ਤੋਂ ਸਰਕਾਰ ਕੀ ਕਰ ਰਹੀ ਤੇ ਉਹਨਾਂ ਨੇ ਜਿਹੜਾ ਉਹਦਾ ਜਵਾਬ ਦਿੱਤਾ ਆ ਉਹ ਬਹੁਤ ਹੀ ਗੈਰ ਜ਼ਿੰਮੇਵਾਰانہ ਕਿਹਾ ਜਾ ਸਕਦਾ ਜੀ ਤੇ ਉਹਨੂੰ ਤੁਸੀਂ ਇਦਾਂ ਵੀ ਕਹਿ ਸਕਦੇ ਆ ਕਿ ਉਹਦੇ ਚ ਸੰਵੇਦਨਾ ਜਿਹੜੀ ਆ ਉਹ ਬਿਲਕੁਲ ਨਹੀਂ ਝਲਕਦੀ ਅਸੀਂ ਕਈ ਵਾਰ ਗੱਲ ਕਰਦੇ ਆ ਕਿ ਜੇ ਜਿੰਨਾ ਅਸੀਂ ਕਾਨੂੰਨ ਨੂੰ ਜਾਣਦੇ ਸਮਝਦੇ ਤੇ ਪੜ੍ਹਦੇ ਆ ਜਿੱਦਾਂ ਦੀ ਬੰਦੇ ਨੇ ਗਲਤੀ ਕੀਤੀ ਹੁੰਦੀ ਆ ਉਦਾਂ ਦੀ ਉਹਨੂੰ ਸਜ਼ਾ ਮਿਲਦੀ ਆ ਕਿਸੇ ਚੋਰ ਨੂੰ ਤੁਸੀਂ ਜਾਨੋਂ ਨਹੀਂ ਮਾਰ ਸਕਦੇ ਤੇ ਜੇ ਘਰ ਦੇ ਵਿੱਚ ਵੀ ਕੋਈ ਬੱਚਾ ਥੋੜੀ ਬਹੁਤੀ ਗਲਤੀ ਕਰ ਦੇਵੇ ਤੇ ਉਹਨੂੰ ਅਸੀਂ ਰੋਟੀਆਂ ਵਿਰਵਾ ਨਹੀਂ ਰੱਖ ਸਕਦੇ ਤੇ ਜੇ ਕਿਸਾਨ ਕਿਸਾਨ ਇਸ ਇੱਕ ਅੰਦੋਲਨ ਲਈ ਨੇ ਇੱਕ ਸਮੱਸਿਆ ਨੂੰ ਲੈ ਕੇ ਉਹ ਬੈਠੇ ਹੋਏ ਨੇ ਉਥੇ ਜਦੋਂ ਮੌਤਾਂ ਹੋ ਰਹੀਆਂ ਨੇ ਤੇ ਉਹ ਗਿਣਤੀ ਅਸੀਂ ਆਪਣੇ ਪ੍ਰੋਗਰਾਮ ਵਿੱਚ ਵੀ ਦੱਸਦੇ ਆਂ ਦੇਖਦੇ ਆਂ ਉਥੇ ਅਸੀਂ ਆਪ ਜਾ ਕੇ ਵੀ ਦੇਖ ਕੇ ਆਇਆ ਅਖਬਾਰਾਂ ਚ ਵੀ ਪੜ੍ਹਦੇ ਆਂ ਸੋਸ਼ਲ ਮੀਡੀਆ ਵੀ ਸਾਨੂੰ ਦੱਸਦਾ ਹੋਰ ਬੜੀਆਂ ਸਾਰੀਆਂ ਤਰੀਕਿਆਂ ਤੋਂ ਸਾਨੂੰ ਪਤਾ ਲੱਗਦਾ ਜੀ ਪਰ ਸਾਡੇ ਹੀ ਮੁਲਕ ਦੇ ਉਸੇ ਹੀ ਵਿਸ਼ੇ ਨਾਲ ਜੁੜੇ ਹੋਏ ਮੰਤਰੀ ਦਾ ਰਾਜ ਸਭਾ ਵਿੱਚ ਇਹ ਕਹਿ ਦੇਣਾ ਕਿ ਮੈਨੂੰ ਨਹੀਂ ਪਤਾ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਤੇ ਨਾਲ ਹੀ ਇਹ ਕਹਿ ਦੇਣਾ ਕਿ ਖੇਤੀ ਮੰਤਰਾਲੇ ਕੋਲੇ ਦੀ ਕੋਈ ਜਾਣਕਾਰੀ ਨਹੀਂ ਹੈਗੀ ਜੀ ਮੈਨੂੰ ਯਾਦ ਆਉਂਦਾ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਦੋ ਤਿੰਨ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਦੋਂ ਇੱਕ ਵਾਰ ਮਹਿੰਗਾਈ ਦੇ ਮੁੱਦੇ ਤੇ ਵਿੱਤ ਮੰਤਰੀ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਜੀ ਜਦੋਂ ਅੱਤਵਾਦ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਕਹੀ ਕਿ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਖੇਤੀ ਮੰਤਰੀ ਨੂੰ ਪੁੱਛਿਆ ਗਿਆ ਖੇਤੀ ਦੀਆਂ ਕੀਮਤਾਂ ਦੇ ਬਾਰੇ ਵਿੱਚ ਸ਼ਰਦ ਬਵਾਰ ਜੀ ਖੇਤੀ ਮੰਤਰੀ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। ਜੀ ਤੇ ਫਿਰ ਉਦੋਂ ਕੋਈ ਸਾਡੇ ਵਰਗਾ ਪੜ੍ਹਨ ਲਿਖਣ ਵਾਲਾ ਜਾਂ ਅਖਬਾਰ ਪੜ੍ਹਨ ਵਾਲਾ ਬੰਦਾ ਪੁੱਛਦਾ ਹੈ ਜੇ ਤੁਹਾਡੇ ਕੋਲ ਹਮ ਹਮ ਹੈੱਡ ਆਫ ਦੀ ਸਟੇਟ ਹੁੰਦਿਆ ਹੋਇਆ ਹੈ। ਹੈੱਡ ਆਫ ਦੀ ਡਿਪਾਰਟਮੈਂਟ ਹੁੰਦਿਆ ਹੋਇਆ ਹੈ। ਜੇ ਖੇਤੀ ਮੰਤਰੀ ਕੋਲ ਖੇਤੀ ਨਾਲ ਸੰਬੰਧਿਤ ਗੱਲਾਂ ਦਾ ਜਵਾਬ ਨਹੀਂ ਹੈ ਤਾਂ ਫਿਰ ਤੁਸੀਂ ਖੇਤੀ ਮੰਤਰੀ ਕਿਸ ਗੱਲ ਲਈ ਹੋ? ਹਮ ਹਮ ਸੋ ਇਹ ਜਿਹੜਾ ਉਹਨਾਂ ਦਾ ਜਵਾਬ ਦੇ ਦੇਣਾ ਕਿ ਮੈਨੂੰ ਨਹੀਂ ਪਤਾ ਜਾਂ ਸਾਡੇ ਵਿਭਾਗ ਨੂੰ ਨਹੀਂ ਪਤਾ ਕੌਣ ਮਰਿਆ ਹੈ ਕਿਵੇਂ ਮਰਿਆ ਹੈ ਤੇ ਫਿਰ ਬੜੀ ਮਾੜੀ ਗੱਲ ਹੈ ਫਿਰ ਉਹਨਾਂ ਨੂੰ ਇਹ ਗੱਲ ਦੱਸ ਦੇਣੀ ਚਾਹੀਦੀ ਹੈ ਕਿ ਇਹ ਉਹਨਾਂ ਨੂੰ ਪਤਾ ਹੈ ਕਿ ਖੇਤੀ ਮੰਤਰੀ ਹੁੰਦਿਆਂ ਹੁੰਦਿਆਂ ਕਿੰਨੇ ਹਜ਼ਾਰਾਂ ਖੇਤੀ ਲੋਕਾਂ ਨੇ ਕਿਸਾਨਾਂ ਨੇ ਫਾਇਲ ਆਏ ਨੇ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਖੇਤੀ ਦੇ ਕਰਜ਼ਿਆਂ ਦੀ ਤੇ ਪਿੱਛੇ ਜਾਏ ਉਹਨਾਂ ਨੇ ਇੱਕ ਆਰਟੀਆਈ ਦੀ ਇੱਕ ਇਨਫੋਰਮੇਸ਼ਨ ਦੇ ਵਿੱਚ ਭਾਰਤ ਸਰਕਾਰ ਨੇ ਜਵਾਬ ਦੇਣੋਂ ਨਾ ਕਰ ਦਿੱਤੀ ਕਿ ਜੇ ਅਸੀਂ ਵੱਡੇ ਉਦਯੋਗਪਤੀਆਂ ਦੇ ਕਰਜ਼ਿਆਂ ਦੀ ਜਾਣਕਾਰੀ ਸਰਵਜਨਕ ਕਰਾਂਗੇ ਤੇ ਦੇਸ਼ ਦੀ ਜਿਹੜੀ ਇਮੇਜ ਆ ਜਿਹੜੀ ਛਵੀ ਆ ਜਿਹੜੀ ਵਪਾਰਕ ਹੈਗੀ ਆ ਉਹਦੀ ਦਿੱਖ ਉਹ ਖਰਾਬ ਹੁੰਦੀ ਆ ਜੀ ਤੇ ਜਦੋਂ ਤੁਸੀਂ ਇੱਕ 500000 50000 500000 ਜਾਂ ਲੱਖ ਰੁਪਏ ਵਾਲੇ ਕਰਜ਼ੇ ਲਈ ਕਿਸਾਨ ਦੀ ਫੋਟੋ ਬੈਂਕ ਦੇ ਬਾਹਰ ਲਾਉਂਦੇ ਹੋ ਤੇ ਉਹਦੀ ਛਵੀ ਨਹੀਂ ਖਰਾਬ ਹੁੰਦੀ ਬਿਲਕੁਲ ਠੀਕ ਜਾਨ ਦੀ ਤੇ ਕੋਈ ਕੀਮਤ ਹੋਣੀ ਚਾਹੀਦੀ ਨਹੀਂ ਘੱਟ ਤੋਂ ਘੱਟ ਜੀ ਅਸੀਂ ਸਰਕਾਰ ਦੀ ਗੱਲ ਕਰਦੇ ਆਂ ਤੇ ਵੈਲਫੇਅਰ ਫਾਰਮ ਆਫ ਗਵਰਨਮੈਂਟ ਆ ਲੋਕ ਲੋਕ ਭਲਾਈ ਲਈ ਬਣੀ ਹੋਈ ਸਰਕਾਰ ਆ ਤੇ ਫਿਰ ਜੇ ਖੇਤੀ ਮੰਤਰੀ ਇਹ ਕਹਿੰਦਾ ਆ ਕਿ ਉਹਦੇ ਕੋਲ ਮਰਨ ਵਾਲੇ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਇਸ ਤੋਂ ਬਾਅਦ ਸ਼ਾਇਦ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਜਿਹੜੇ ਲੋਕ ਮਰੇ ਨੇ ਇਹਨਾਂ ਦਾ ਸਰਕਾਰ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਜੀ ਮੌਤ ਇੱਕ ਸਦੀਵੀ ਸੱਚ ਆ ਮਰਨਾ ਹਰ ਬੰਦੇ ਨੇ ਹੂੰ ਹੂੰ ਤੇ ਸਰਕਾਰ ਦਾ ਇਹ ਤੇ ਫਰਜ਼ ਬਣਦਾ ਆ ਨਾ ਕਿ ਜਿਹੜਾ ਵੀ ਬੰਦਾ ਜਾਨੋ ਗਿਆ ਉਹਦੇ ਲਈ ਉਹਨੂੰ ਸ਼ਰਧਾਂਜਲੀ ਦਿੱਤੀ ਜਾਵੇ ਉਹਦੇ ਲਈ ਸਤਿਕਾਰ ਕੀਤਾ ਜਾਵੇ ਤੇ ਘਟੋ ਘਟ ਅੱਗੇ ਤੋਂ ਕੋਈ ਹੋਰ ਨਾ ਮਰੇ ਇਹੋ ਜੀਆਂ ਘਟਨਾਵਾਂ ਨਾਲ ਉਹਦੇ ਲਈ ਤੇ ਯਤਨ ਕੀਤੇ ਜਾਣ ਪਰ ਬਹੁਤ ਮੰਦ ਭਾਗੀ ਗੱਲ ਆ ਅਸੀਂ ਪਿੱਛੇ ਜੇ ਦੇਖਿਆ ਸੀਗਾ ਪਿਛਲੇ ਦਿਨੀ ਆਰਐਸਐਸ ਦੇ ਇੱਕ ਵੱਡੇ ਆਗੂ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੀ ਸੱਤਾ ਦਾ ਨਸ਼ਾ ਆ ਉਹ ਤੁਹਾਡੇ ਸਿਰ ਨੂੰ ਚੜ ਗਿਆ ਹੈ ਤੇ ਤੁਸੀਂ ਇਹੋ ਜੀਆਂ ਗੱਲਾਂ ਨਾ ਕਰੋ ਤੇ ਉਹ ਜਿਹੜੀ ਉਸ ਬਿਆਨ ਦਾ ਵੀ ਕੋਈ ਅਸਰ ਹੋਇਆ ਲੱਗਦਾ ਨਹੀਂ ਤੇ ਉਹ ਜਿਹੜਾ ਨਸ਼ਾ ਆ ਉਹ ਹਾਲੇ ਬਾਦਸਤੂਰ ਚੜਿਆ ਹੋਇਆ ਤੇ ਉਹ ਘਟ ਨਹੀਂ ਰਿਹਾ ਕਿਸੇ ਵੀ ਗੱਲ ਜੀ ਤੇ ਕਿਸਾਨੀ ਮੁੱਦੇ ਦੀ ਗੱਲ ਕੀਤੀ ਹੈ ਕਿਸਾਨਾਂ ਦੇ ਫੌਤ ਹੋਣ ਤੇ ਕਿਸੇ ਨੇ ਦੁੱਖ ਦਾ ਇਜ਼ਹਾਰ ਨਹੀਂ ਕੀਤਾ ਇਹ ਸਾਡੀ ਨਰਾਜ਼ਗੀ ਹੈ ਸਰਕਾਰ ਨਾਲ ਪਰ ਇਸ ਮੁੱਦੇ ਨੂੰ ਰਾਹੁਲ ਗਾਂਧੀ ਨੇ ਬੜੇ ਸੋਹਣੇ ਤਰੀਕੇ ਨਾਲ ਮੈਂ ਕਹੇ ਕਿ ਦिए ਕਿ ਕੋਈ ਤਾਂ ਹੈ ਜਿਨੇ ਸੰਸਦ ਵਿੱਚ ਇੰਨਾ ਐਫਰਟਸ ਕੀਤਾ ਕਿ 2 ਮਿੰਟ ਦਾ ਮੌਨਤਾ ਰਿਹਾ ਗਿਆ ਭਾਵੇਂ ਸਾਰੇ ਨਹੀਂ ਖੜੇ ਹੋਏ ਪਰ ਉਹਨਾਂ ਦੇ ਸਾਥੀ ਸੰਗੀ ਜ਼ਰੂਰ ਖੜੇ ਹੋਏ ਸੀ ਇਹ ਤੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਬਿਲਕੁਲ ਜੀ ਸ਼ਲਾਗਾ ਉਹਨਾਂ ਦੀ ਕਰਨੀ ਬਣਦੀ ਆ ਜਿਹੜਾ ਵੀ ਬੰਦਾ ਸਮੇਂ ਦੇ ਅਨੁਸਾਰ ਸੱਚ ਦੇ ਦੋ ਬੋਲ ਬੋਲਦਾ ਉਹਦੀ ਸ਼ਲਾਗਾ ਕਰਨੀ ਬਣਦੀ ਆ ਪਰ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਸਿਰਫ ਰਾਹੁਲ ਗਾਂਧੀ ਹੀ ਉਹਦੇ ਵਿਰੁੱਧ ਚ ਬੋਲੇ ਭਾਜਪਾ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਦੇ ਲੋਕ ਉੱਥੇ ਬਹੁਤ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਆਪਣਾ ਆਪਣਾ ਪੱਖ ਰੱਖਿਆ ਜੀ ਚਾਹੇ ਉਹ ਕਿਸੇ ਵੀ ਪਾਰਟੀ ਦੇ ਸੀ ਕਿਸੇ ਵੀ ਸਟੇਟ ਤੋਂ ਸੀ ਲੋਕ ਸਭਾ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਤੇ ਰਾਜ ਸਭਾ ਦੇ ਵਿੱਚ ਤੇ ਬਹੁਤ ਚੰਗੇ ਤਰੀਕੇ ਨਾਲ ਕੀਤਾ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜੀ ਸ਼ਰਧਾਂਜਲੀ ਦਿੱਤੀ ਉਥੇ ਜਾਂ ਮੌਨ ਰੱਖਿਆ ਉਹ ਸਿਰਫ ਰਾਹੁਲ ਗਾਂਧੀ ਨੇ ਦੱਸਿਆ ਰੱਖਿਆ ਤੇ ਉਹਦੇ ਬਾਰੇ ਉਹਨਾਂ ਨੇ ਉਹਨਾਂ ਦੀ ਛਲਾਗਾ ਕਰਨੀ ਬੰਦ ਦੀ ਆ ਪਰ ਪਰਮਿੰਦਰ ਜੀ ਲੋਕਤੰਤਰ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ ਮਜ਼ਬੂਤ ਵਿਰੋਧੀ ਧਿਰਤਾਂ ਤੇ ਇਸ ਗੱਲ ਲਈ ਰਾਹੁਲ ਗਾਂਧੀ ਦੀ ਆਲੋਚਨਾ ਹੁੰਦੀ ਰਹੂਗੀ ਕਿ ਉਹ ਇਸ ਪਿਛਲੀ ਟਰਮ ਦੇ ਵਿੱਚ ਵੀ ਤੇ ਇਸ ਟਰਮ ਦੇ ਵਿੱਚ ਵੀ ਇੱਕ ਮਜ਼ਬੂਤ ਵਿਰਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਪਾਈ ਜੀ ਉਹ ਕੁਰਸੀ ਦਾ ਹਜੇ ਉਹ ਲੈਣਾ ਹੀ ਨਹੀਂ ਚਾਹੁੰਦੇ ਕਹਿੰਦੇ ਮੈਂ ਇਸ ਯੋਗ ਨਹੀਂ ਆ ਸ਼ਾਇਦ ਤੇ ਇਹ ਰੇੜਕਾ ਕਾਫੀ ਦੇਰ ਤੋਂ ਚੱਲ ਰਿਹਾ ਹੈ 23 ਮੈਂਬਰਾਂ ਨੇ ਚਿੱਠੀ ਵੀ ਲਿਖੀ ਸੀ ਜਿੱਦੇ ਚੋਂ ਗੁਲਾਮ ਨਬੀ আজাদ ਵੀ ਸ਼ਾਮਿਲ ਸਨ ਜਿਹੜੇ ਹੁਣ ਰਾਜ ਸਭਾ ਚ ਰਿਟਾਇਰ ਹੋ ਰਹੇ ਨੇ ਜੀ ਤੇ ਇਹ ਸਾਰਾ ਕੁਝ ਤਾਂ ਸਿਆਸਤ ਨਾਲ ਜੁੜਿਆ ਹੈ ਤੇ ਸਿਆਸਤ ਸਿਆਸਤਦਾਨਾਂ ਵੱਲੋਂ ਦਿੱਤੇ ਗਏ ਬਿਆਨ ਖਾਸ ਤੌਰ ਤੇ ਖੇਤੀ ਮੰਤਰੀ ਵੱਲੋਂ ਉਸ ਤੋਂ ਬਾਅਦ ਸੰਯੁਕਤ ਮੋਰਚੇ ਨੇ ਜਵਾਬ ਚ ਪਲਾਕੀ ਕੀ ਹੈ ਮੋਰਚੇ ਵਾਲੇ ਆਪਣੀ ਜਗ੍ਹਾ ਤੇ ਡਟੇ ਹੋਏ ਨੇ ਆਪਣੇ ਹੱਕ ਨੂੰ ਲੜਨ ਲਈ ਖੜੇ ਨੇ ਤੇ ਉਹ ਆਹੇ ਦੋਨਾਂ ਦਾ ਪੱਕਾ ਆ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸੀ ਤੋਂ ਬਿਨਾ ਹੋਰ ਕਿਤੇ ਨਹੀਂ ਰੁਕਦੇ ਜੀ ਤੇ ਉਹਨਾਂ ਨੇ ਇਹੀ ਕਿਹਾ ਕਿ ਜੋ ਅਸੀਂ ਗੱਲ ਕੀਤੀ ਆ ਕਿ ਉਹਨਾਂ ਨੇ ਉਸ ਕਾਨੂੰਨ ਉਸ ਬਿਆਨ ਦੀ ਨਿੰਦਾ ਕੀਤੀ ਆ ਖੇਤੀ ਮੰਤਰੀ ਵਾਲੇ ਦੀ ਤੇ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਜਾਣਕਾਰੀ ਨਹੀਂ ਹੈ ਕਿ ਉੱਥੇ ਕੌਣ ਕੌਣ ਮਰਿਆ ਤੇ ਅਸੀਂ ਤੁਹਾਨੂੰ ਸਾਰੀ ਦੀ ਸਾਰੀ ਜਿਹੜੀ ਲਿਸਟ ਹੈ ਉਹ ਦੇ ਦਿੰਨੇ ਆ ਜੀ ਪਰ ਉਹਦੇ باوجود ਵੀ ਮੈਨੂੰ ਲੱਗਦਾ ਨਹੀਂ ਕਿ ਗੱਲ ਜਿਹੜੀ ਹੈ ਕਿਸੇ ਹੋਰ ਪਾਸੇ ਵੱਲ ਜਾ ਰਹੀ ਆ ਹਾਲੇ ਸਿਰਫ ਔਰ ਸਿਰਫ ਉੱਥੇ ਅੜੀ ਹੀ ਭਰੀ ਆ ਸੰਯੁਕਤ ਮੋਰਚੇ ਦੀ ਅਸੀਂ ਜੇ ਗੱਲ ਕਰੀਏ ਤੇ ਪਿਛਲੇ ਕਾਫੀ ਦਿਨਾਂ ਤੋਂ ਹੂੰ ਹੂੰ 26 ਤਰੀਕ ਦੇ ਬਾਅਦ ਵਾਲੇ ਡੈਂਟ ਤੋਂ ਹੁਣ ਮੋਰਚੇ ਨੂੰ ਪੈਰਾਂ ਸਿਰ ਕਰ ਲਿਆ ਗਿਆ ਹੈ ਤੇ ਅੰਦੋਲਨ ਨੂੰ ਤੇਜ਼ ਕਰਨ ਦੀਆਂ ਗੱਲਾਂ ਹੋ ਰਹੀਆਂ ਰਾਜਸਥਾਨ ਦੇ ਵਿੱਚ ਟੋਲ ਫਰੀ ਕਰਾਉਣ ਦੀ ਗੱਲ ਚੱਲ ਰਹੀ ਆ ਸਰ ਛੋਟੂ RAM ਦਾ ਜਿਹੜਾ ਜਨਤਿ ਆ ਉਹ ਮਨਾਈ ਜਾਊਗੀ ਤੇ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਜਿਹੜਾ ਦਿੱਤਾ ਜਾ ਰਿਹਾ ਪਰ ਉਹ ਜਿਹੜਾ ਬਿਆਨ ਸੀਗਾ ਉਹਦੇ ਖਿਲਾਫ ਸੰਯੁਕਤ ਮੋਰਚੇ ਵੱਲੋਂ ਜਿਹੜਾ ਬਿਆਨ ਆਇਆ ਉਹਦੇ ਚ ਉਹਨੇ ਇਹੀ ਦੱਸੀ ਗੱਲ ਕਿ ਜੇ ਤੁਹਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਹੈਗੀ ਤੇ ਅਸੀਂ ਤੁਹਾਨੂੰ ਇਹ ਜਿਹੜੀ ਲਿਸਟ ਆ ਪ੍ਰੋਵਾਈਡ ਕਰ ਦਿੰਨੇ ਆ ਜੀ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਉਹ ਕਿਸਾਨ ਇਸ ਜਹਾਨ ਤੋਂ ਗਏ ਨੇ ਉਹਨਾਂ ਨੂੰ ਕਿਸੇ ਸਰਕਾਰੀ ਮਦਦ ਕਰਕੇ ਉਹ ਗਏ ਨੇ ਜੀ ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਅਸੀਂ ਕਿਸੇ ਐਕਸੀਡੈਂਟ ਦਾ ਇਸ ਕਰਕੇ ਸ਼ਿਕਾਰ ਨਹੀਂ ਬਣਦੇ ਕਿ ਸਾਨੂੰ ਉਹਦੀ ਕੋਈ ਮੁਆਵਜ਼ਾ ਮਿਲੇਗਾ ਜੀ ਬਲਕਿ ਮੁਆਵਜ਼ਾ ਤੇ ਉਹਦੇ ਸਾਡੀ ਜਿਹੜੀ ਪਰਪਾਈ ਹੁੰਦੀ ਆ ਪਰਪਾਈ ਵੀ ਨਹੀਂ ਉਹਨੂੰ ਕਹਿ ਸਕਦੇ ਤੁਸੀਂ ਸਿਰਫ ਇੱਕ ਸੰਵੇਦਨਾ ਹੁੰਦੀ ਆ ਕਿ ਜੇ ਕਿਸੇ ਦਾ ਕੁਝ ਨੁਕਸਾਨ ਹੋਇਆ ਉਹਦੇ ਰੁਪਏ ਦੇ ਵਿੱਚੋਂ ਕੁਝ ਦੋ ਪੈਸੇ ਪੰਜ ਪੈਸੇ ਹੀ ਕਿਤੇ ਭਰ ਦਿੱਤੇ ਜਾਣ ਜੀ ਪਰ ਬਿਆਨ ਜਿਹੜਾ ਆ ਉਹ ਖੇਤੀ ਮੰਤਰੀ ਦਾ ਜਿਹੜਾ ਨਿੰਦਣਯੋਗ ਆ ਤੇ ਮੋਰਚਾ ਤੇ ਆਪਣੀ ਜਗ੍ਹਾ ਦੇ ਉੱਤੇ ਸਟੈਂਡ ਰੱਖਦਾ ਆ ਕਿ ਜੇ ਤੁਹਾਡੇ ਕੋਲ ਨਹੀਂ ਜਾਣਕਾਰੀ ਹੈਗੀ ਤਾਂ ਅਸੀਂ ਆਣ ਕੇ ਦੇ ਦਿੰਨੇ ਜੀ ਤੇ ਗੱਲ ਕਰੀਏ ਕਿਸਾਨੀ ਕੋਲ ਦੀ ਵਿਦੇਸ਼ਾਂ 'ਚ ਆਵਾਜ਼ ਬੁਲੰਦ ਹੋ ਰਹੀ ਹੈ ਤੇ ਸੀ ਉਹਰਾ ਨੇ ਪਿੱਛੇ ਜੇ ਸੰਸਦ ਵਿੱਚ ਉੱਥੋਂ ਦੀ ਸੰਸਦ ਦੇ ਵਿੱਚ ਮੁੱਦਾ ਉਠਾਇਆ ਸੀ ਤੇ ਹੁਣ ਵੀ ਉਹਨਾਂ ਨੇ ਕੁਝ ਨਵੀਂ ਗੱਲ ਕੀਤੀ ਹੈ ਉਹ ਭਲਾ ਕੀ ਹੈ ਅਸੀਂ ਬੜੇ ਦਿਨਾਂ ਤੋਂ ਇਸੇ ਚਰਚਾ 'ਚ ਆ ਹਮਮ ਕਿ ਸਰਕਾਰ ਜਿਹੜੀ ਆ ਬਜਾਏ ਇਸ ਦੇ ਕਿ ਇਸ ਮਸਲੇ ਨੂੰ ਹੱਲ ਕਰੇ ਬਜਾਏ ਇਸ ਦੇ ਕਿ ਕਿਸਾਨੀ ਲਈ ਉਹ ਕੁਝ ਸੋਚੇ ਬਜਾਏ ਇਸ ਦੇ ਕਿ ਉਹ ਕਿਸਾਨੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੇ ਪ੍ਰਧਾਨ ਮੰਤਰੀ ਨੇ ਵੀ ਬਾਰ ਬਾਰ ਇਹੀ ਗੱਲ ਕਹੀ ਕਿ ਕੋਈ ਮੈਨੂੰ ਦੱਸੇ ਕਿ ਇਹਨਾਂ ਕਾਨੂੰਨਾਂ 'ਚ ਗਲਤ ਕੀ ਹੈ ਉਹ ਭਲੇ ਲੋਕੋ ਤੁਹਾਨੂੰ ਕਿੱਥੇ ਦੱਸੇ ਤੇ ਕਿਦਾਂ ਦੱਸੇ ਤੋਮਰ ਸਾਹਿਬ ਨੇ ਵੀ ਇਹੀ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ ਤੇ ਸਾਰੀ ਤੇ ਦਾਲ ਉਹਨਾਂ ਨੇ ਛਾਣ-ਛਾਣ ਕੇ ਛੱਟ-ਛੱਡ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਕੱਲਾ-ਕੱਲਾ ਬਿੰਦੂ ਸਮਝਾ ਦਿੱਤਾ ਕੱਲਾ-ਕੱਲਾ ਪੁਆਇੰਟ ਦੱਸ ਦਿੱਤਾ ਪਰ ਸਰਕਾਰ ਨੇ ਉਸ ਗੱਲ ਦੇ ਉੱਤੇ ਬਿਲਕੁਲ ਇੱਕ ਮੈਨਾ ਮੰਨੂ ਵਾਲੀ ਸਥਿਤੀ ਬਣਾਈ ਹੋਈ ਹੈ ਜੀ ਉਹਦੇ باوجود ਜਦੋਂ ਅਸੀਂ ਦੇਖਿਆ ਕਿ ਪੂਰੀ ਦੁਨੀਆ 'ਚ ਜਿਹੜਾ ਇਹਦਾ ਰੌਲਾ ਪਿਆ ਹੋਇਆ ਕਿਉਂਕਿ ਦੁਨੀਆ ਹੁਣ ਇਦਾਂ ਨਹੀਂ ਹੈਗੀ ਕਿ ਸਿਰਫ ਅਖਬਾਰ ਦੇ ਨਾਲ ਹੀ ਜੁੜੀ ਹੋਈ ਹੈ ਜਾਂ ਸਿਰਫ ਟੈਲੀਵਿਜ਼ਨ ਨਾਲ ਜੁੜੀ ਹੋਈ ਹੈ ਅਸੀਂ ਇੱਥੇ ਬੈਠੇ ਅਸੀਂ ਪ੍ਰੋਗਰਾਮ ਕਰਦੇ ਆਂ ਤਾਂ ਸਾਡਾ ਪ੍ਰੋਗਰਾਮ ਜਿਹੜਾ ਆ ਸਾਰੀ ਦੁਨੀਆ 'ਚ ਦੇਖਿਆ ਜਾਂਦਾ ਜੀ ਤੇ ਟੈਲੀਫੋਨ ਜਾਂ ਮੋਬਾਈਲ ਫੋਨ ਜਿਹਨੂੰ ਅਸੀਂ ਕਹਿੰਨੇ ਆਂ ਤੁਹਾਡੇ ਹਰ ਬੰਦੇ ਦੇ ਹੱਥ 'ਚ ਆ ਇੱਥੇ ਜੋ ਵੀ ਹੋ ਰਿਹਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਦੁਨੀਆ 'ਚ ਖਿਲਰ ਜਾਂਦਾ ਤੇ ਇਸੇ ਤਰ੍ਹਾਂ ਇਸ ਅੰਦੋਲਨ ਦਾ ਜਿਹੜਾ ਖਲਾਰਾ ਆ ਅੰਦੋਲਨ ਦੀ ਜਿਹੜੀ ਗੱਲ ਆ ਅੰਦੋਲਨ ਦੀ ਜਿਹੜੀ ਸੇਕ ਆ ਉਹ ਸਾਰੀ ਦੁਨੀਆ 'ਚ ਬੈਠੇ ਪੰਜਾਬੀਆਂ ਤੱਕ ਲੱਗਿਆ ਤੇ ਉਹ ਪੰਜਾਬੀ ਅੱਗੋਂ ਜਿੱਥੇ-ਜਿੱਥੇ ਬਾ ਵਸਤਾ ਨੇ ਹਰ ਬੰਦੇ ਤੱਕ ਉਹ ਗੱਲ ਪਹੁੰਚੀ ਆ ਜੀ ਬੋਰਸ ਬੋਰਸ ਜான்ਸਨ ਉਹਨਾਂ ਨੇ ਆਉਣਾ ਸੀ 26 ਜਨਵਰੀ ਦੇ ਮੌਕੇ ਤੇ ਤੇ ਉਹ ਆਉਣਾ ਕੈਨਸਲ ਹੋਇਆ ਸੀ ਉਦੋਂ ਵੀ ਤਨਮਨਜੀਤ ਸਿੰਘ ਢੇਸੀ ਜਿਹੜੇ ਸਾਡੇ ਪੰਜਾਬ ਤੋਂ ਨੇ ਤੇ ਉੱਥੇ ਐਮਪੀ ਨੇ ਉਹਨਾਂ ਨੇ ਉਹਦੇ ਲਈ ਕੀਤਾ ਸੀ ਕੋਸ਼ਿਸ਼ ਉੱਥੇ ਉਦੋਂ ਵੀ ਗੱਲ ਇਹ ਸੀ ਕਿ 100 ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਨੇ ਚਿੱਠੀ ਲਿਖ ਕੇ ਦਿੱਤੀ ਆ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਤੇ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਹੁਣ ਵੀ ਗੱਲ ਉੱਥੇ ਹੀ ਪਹੁੰਚੀ ਆ ਕਿ ਬ੍ਰਿਟੇਨ ਦੀ ਸੰਸਦ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ ਹੈ ਉਹਦੇ ਵਿੱਚ ਨਵੀਆਂ ਗੱਲਾਂ ਉਹ ਹੀ ਆ ਜੋ ਜੋ ਇੱਥੇ ਨਵਾਂ ਹੋ ਰਿਹਾ ਉਹਦੀ ਜ਼ਿਕਰ ਉੱਥੇ ਹੋ ਰਿਹਾ। ਜੀ। ਉੱਥੇ ਤਨਮਨਜੀਤ ਸਿੰਘ ਟੇਸੀ ਉਹਨਾਂ ਨੇ ਫਿਰ 100 ਮੈਂਬਰ ਪਾਰਲੀਮੈਂਟ ਤੋਂ ਚਿੱਠੀ ਲਿਖ ਕੇ ਦਿੱਤੀ ਆ ਬਰਟੇਨ ਦੀ ਸੰਸਦ ਦੇ ਵਿੱਚ। ਨਾਲ ਦੀ ਨਾਲ ਉੱਥੇ ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਸਾਈਨ ਕੀਤੀ ਹੋਈ ਪਟੀਸ਼ਨ ਵੀ ਇੱਕ ਉੱਥੇ ਪਹੁੰਚੀ ਆ। ਜੀ। ਰਮਿੰਦਰ ਜੀ ਇਹ ਉਹ ਮੁਲਕ ਨੇ ਜਿਹੜੇ ਤਰੱਕੀ ਕਰ ਚੁੱਕੇ ਨੇ ਜਿਨ੍ਹਾਂ ਨੂੰ ਅਸੀਂ ਵਿਕਸਿਤ ਦੇਸ਼ ਕਹਿੰਦੇ ਆ ਤੇ ਉੱਥੇ ਵਿਚਾਰ ਜਿਹੜੇ ਆ ਉਹ ਬੜੀ ਸਪੀਡ ਨਾਲ ਰਾਈਜ਼ ਕਰਦੇ ਨੇ ਤੇ ਉਹਨਾਂ ਦੇ ਉੱਤੇ ਗੱਲ ਵੀ ਹੁੰਦੀ ਆ। ਤੇ ਬ੍ਰਿਟੇਨ ਦੀ ਸੰਸਦ ਦੇ ਵਿੱਚ ਗੱਲ ਇਸ ਗੱਲ ਤੇ ਹੋਈ ਆ ਕਿ ਨੌਦੀਪ ਦਾ ਮਾਮਲਾ ਵੀ ਉੱਥੇ ਉੱਠਿਆ ਤੇ ਹੰਸਾ ਤੋਂ ਬਾਅਦ ਜਿਹੜੇ ਫੜੇ ਗਏ ਲੋਕ ਨੇ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੀ ਗੱਲ ਵੀ ਉੱਠੀ ਆ ਪੱਤਰਕਾਰਾਂ ਨੂੰ ਫੜਨ ਦਾ ਮਾਮਲਾ ਵੀ ਉੱਥੇ ਉੱਠਿਆ ਹੈ ਜੀ ਉੱਥੇ ਕੰਜ਼ਰਵੇਟਿਵ ਜਿਹੜੇ ਇੱਕ ਮੈਂਬਰ ਸੀ ਮੌਗ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮਸਲਾ ਆ ਬਿਲਕੁਲ ਗੰਭੀਰ ਆ ਪਰ ਸਾਡੇ ਬ੍ਰਿਟੇਨ ਨਾਲ ਬ੍ਰਿਟੇਨ ਦੇ ਭਾਰਤ ਨਾਲ ਸਬੰਧਾਂ ਦੀ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਭਾਰਤ ਬ੍ਰਿਟੇਨ ਜਿਹੜਾ ਹੈਗਾ ਇੰਗਲੈਂਡ ਆ ਉਹ ਮਨੁੱਖੀ ਹੱਕਾਂ ਲਈ ਸਭ ਤੋਂ ਮੋਹਰੇ ਰਹੇਗਾ ਪਰ ਅਸੀਂ ਭਾਰਤ ਨੂੰ ਓਨੀ ਦੇਰ ਤੱਕ ਕੁਝ ਨਹੀਂ ਕਰਦੇ ਜਦ ਤੱਕ ਅਸੀਂ ਦੇਖਦੇ ਹਾਂ ਹਾਲੇ ਤੱਕ ਕਿ ਸਰਕਾਰ ਕੀ ਕਰ ਰਹੀ ਆ ਤੇ ਕਿਦਾਂ ਹੋ ਰਹੀ ਆ ਪਰ ਹੁਣ ਗੱਲ ਇਸ ਤੇ ਦੇਖਣ ਵਾਲੀ ਆ ਕਿ ਭਾਰਤ ਸਰਕਾਰ ਦਾ ਬਹੁਤ ਜ਼ੋਰ ਲੱਗਾ ਹੋਇਆ ਸੀਗਾ ਗ੍ਰੇਟਾ ਥਨਬਰਗ ਨੂੰ ਰੋਕਣ ਲਈ ਤੇ ਰਹਿਾਨਾ ਨੂੰ ਰੋਕਣ ਲਈ ਪਰ ਜ਼ੋਰ ਸਰਕਾਰ ਨੂੰ ਇਸ ਗੱਲ ਤੇ ਲਾਉਣਾ ਚਾਹੀਦਾ ਕਿ ਇਸ ਮਸਲੇ ਨੂੰ ਹੱਲ ਕਿਦਾਂ ਕੀਤਾ ਜਾਵੇ ਰਾਦਰਦਨ ਕਿ ਇਸ ਗੱਲ ਦੇ ਉੱਤੇ ਆਪਾਂ ਜ਼ੋਰ ਲਾਈਏ ਕਿ ਬਾਹਰਲੀ ਦੁਨੀਆ ਦੇ ਲੋਕ ਕਿਉਂ ਬੋਲ ਰਹੇ ਨੇ ਜੀ ਤੇ ਅਮਰਿਤ ਜੀ ਆਪਾਂ ਅਗਲੇ ਮੁੱਦੇ ਤੇ ਬੋਲਾਂਗੇ ਪ੍ਰੈਸ ਵੇਲੇ ਲੈਨੇ ਆ ਬ੍ਰੇਕ ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋ ਜੀ ਆ ਆਖਦੇ ਆ ਤੇ ਅਮਰਿਤ ਜੀ ਅਗਲੇ ਮੁੱਦੇ 'ਤੇ ਬੋਲਾਈਏ ਖੇਤੀ ਕਾਨੂੰਨਾਂ ਦੀ ਗੱਲ ਚੱਲ ਰਹੀ ਹੈ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਅੜੇ ਤੇ ਸਰਕਾਰ ਵੀ ਅੜੀ ਹੋਈ ਹੈ ਪਰ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਕੇਂਦਰ ਸਰਕਾਰ ਨੇ ਬੜਾ ਪੈਸਾ ਖਰਚਿਆ ਕਹਿੰਦੇ ਕਿਹੜਾ ਪਲਾਟ ਤੇ ਕਿੱਥੇ ਪੈਸਾ ਖਰਚਿਆ ਤੇ ਕਿਉਂ ਖਰਚਿਆ ਬਿਲਕੁਲ ਇਹ ਬੜੀ ਹਾਸੋਹੀਣੀ ਸਥਿਤੀ ਬਣੀ ਹੋਈ ਹੈ ਜੀ ਇਹ ਇਹਨੂੰ ਅਸੀਂ ਤੇ ਦੂਜੇ ਪਾਸੇ ਜੇ ਬੈਠ ਕੇ ਦੇਖੀਏ ਤੇ ਹਾਸੋਹੀਣੀ ਹੀ ਲੱਗਦੀ ਹੈ ਹਮਮ ਕੇਂਦਰ ਦੇ ਖੇਤੀ ਮੰਤਰੀ ਤੋਮਰ ਸਾਹਿਬ ਨੇ ਕੱਲ ਸੰਸਦ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ ਪਿਛਲੇ ਸਤੰਬਰ ਤੋਂ ਲੈ ਕੇ ਹੁਣ ਤੱਕ ਕੋਈ 8 ਕਰੋੜ ਰੁਪਇਆ ਇਹਨਾਂ ਕਾਨੂੰਨਾਂ ਨੂੰ ਸਹੀ ਸਿੱਧ ਕਰਨ ਲਈ ਪ੍ਰਚਾਰ ਤੇ ਪ੍ਰਸਾਰ ਤੇ ਖਰਚਿਆ। ਉਹਦੇ 'ਚ ਉਹਨਾਂ ਨੇ ਇੱਕ ਦੋ ਫਿਲਮਾਂ ਵੀ ਬਣਾਈਆਂ ਜਿਨ੍ਹਾਂ ਤੇ 60-70 ਲੱਖ ਰੁਪਇਆ ਖਰਚੇ ਜਾਣ ਦੀ ਗੱਲ ਕੀਤੀ ਹੈ। ਤੇ ਕੀ ਹੁਣ ਇਹਦੇ ਤੇ ਕਿਹਾ ਜਾਵੇ ਤੇ ਕੀ ਨਾ ਕਿਹਾ ਜਾਵੇ? ਲੋਕ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖ ਰਹੇ ਤੇ ਸਮਝ ਰਹੇ ਨੇ। ਜੀ। ਕਿਸੇ ਕੀ ਕਹਿੰਨੇ ਉਹਨੇ ਕਿ 100 ਸਿਆਣੇ ਇੱਕੋ ਮੱਤ ਮੂਰਖ ਆਪੋ ਆਪਣੀ ਤੇ ਸਾਰਿਆਂ ਨੂੰ ਇਹ ਗੱਲ ਬਹੁਤ ਭਲੀ ਭਾਂਤ ਕਹਿ ਕਹਿ ਕੇ ਸਮਝ ਸਮਝ ਕੇ ਲੇਖ ਇੰਨੇ ਅਸੀਂ ਇਹਦੇ ਲਈ ਪੜ ਲਏ ਇੰਨੀਆਂ ਥਿਉਰੀਜ਼ ਅਸੀਂ ਇਹਦੀਆਂ ਦੇਖੀਆਂ ਇਸ ਤੋਂ ਵੀ ਪਹਿਲਾਂ ਜੇ ਅਸੀਂ ਦੇਖੀਏ ਕਿ ਇਸ ਤੋਂ ਪਿਛਲਾ ਇਹਨਾਂ ਕਾਨੂੰਨਾਂ ਨੂੰ ਜਦੋਂ ਅਸੀਂ ਇਹਨਾਂ ਦਾ ਲਾਗੂ ਹੋਣ ਦੀ ਸਥਿਤੀ ਜਿਵੇਂ ਬਾਕੀ ਦੇਸ਼ਾਂ 'ਚ ਦੇਖਦੇ ਆਂ ਬਾਕੀ ਦੇਸ਼ਾਂ 'ਚ ਵੀ ਦੇਖਦੇ ਆਂ ਤੇ ਬਾਕੀ ਸਟੇਟਾਂ 'ਚ ਵੀ ਅਸੀਂ ਦੇਖਦੇ ਆਂ ਜਿੱਥੇ ਮੰਡੀਆਂ ਬੰਦ ਹੋਈਆਂ ਬਿਹਾਰ ਦੀ ਅਸੀਂ ਗੱਲ ਕਰਦੇ ਸੀ 2006 ਦੀ ਬਾਕੀ ਮੁਲਕ ਦੇ ਬਾਕੀ ਭਾਗਾਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨਾਲ ਜਦੋਂ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਸਾਨੂੰ ਤੇ ਪਤਾ ਹੀ ਨਹੀਂ ਕਿ ਕੋਈ ਫਿਕਸਡ ਪ੍ਰਾਈਸ ਨਾਂ ਦੀ ਚੀਜ਼ ਵੀ ਹੁੰਦੀ ਹੈ ਕੋਈ ਐਮਐਸਪੀ ਵੀ ਚੀਜ਼ ਹੈ ਜੀ ਜੇ ਅਸੀਂ ਉਸ ਤੋਂ ਥੋੜਾ ਜਿਹਾ ਅੱਗੇ ਛੱਡ ਕੇ ਇਸ ਚੀਜ਼ ਨੂੰ ਵੈਸੇ ਇਸ ਗੱਲ ਦੀ ਚਰਚਾ ਕਰੀਏ ਤੇ ਖੇਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਭ ਤੋਂ ਵੱਡੀ ਸਮੱਸਿਆ ਇਸੇ ਗੱਲ ਦੀ ਆਉਂਦੀ ਆ ਕਿ ਦੁਨੀਆ ਦੇ ਵਿੱਚ ਕੋਈ ਵੀ ਪ੍ਰੋਡਿਊਸਰ ਜਦੋਂ ਆਪਣੀ ਚੀਜ਼ ਬਣਾਉਂਦਾ ਆ ਤੇ ਉਹਦੀ ਜਿਹੜੀ ਲਾਗਤ ਆ ਉਹਦੇ ਉੱਤੇ ਉਹਦੀ ਲਾਗਤ ਉਹਦੇ ਤੇ ਉਹਦੀ ਮਿਹਨਤ ਤੇ ਆਪਣਾ ਪ੍ਰੋਫਿਟ ਦੇਖ ਕੇ ਉਹ ਇਸ ਚੀਜ਼ ਦੀ ਇੱਕ ਪ੍ਰਾਈਸ ਫਿਕਸ ਕਰਦਾ ਕਿ ਮੈਂ ਇਸ ਚੀਜ਼ ਨੂੰ ਇੰਨੇ ਕ ਪੈਸਿਆਂ 'ਚ ਵੇਚਾਂ ਤੇ ਮੇਰਾ ਜਿਹੜਾ ਉਹਦੇ 'ਚ ਭਲਾ ਹੁੰਦਾ ਅਸੀਂ ਬਹੁਤ ਸਾਰੀਆਂ ਲਗਜ਼ਰੀ ਚੀਜ਼ਾਂ ਦੇਖਦੇ ਆ ਜਿਹੜੀਆਂ ਕਿ ਬਹੁਤ ਘੱਟ ਕੀਮਤ 'ਚ ਬਣਦੀਆਂ ਤੇ ਬਹੁਤ ਮਹਿੰਗੀਆਂ ਵਿਕਦੀਆਂ ਉਹਨਾਂ ਦੀ ਬ੍ਰਾਂਡ ਵੈਲਿਊ ਕਰ ਅਸੀਂ ਪਿੱਛੇ ਜੇ ਐਪਲ ਦੀ ਗੱਲ ਕਰਦੇ ਸੀ ਕਿ ਆਈਫੋਨ ਜਿਹੜਾ ਆ ਉਹਦੀ ਜਿਹੜੀ ਮੈਨੂਫੈਕਚਰਿੰਗ ਕਾਸਟ ਆ ਉਹ ਬਹੁਤ ਘੱਟ ਆ ਤੇ ਉਹਦੀ ਜਿਹੜੀ ਵੇਕਣ ਦੀ ਗੱਲ ਆ ਉਹ ਬਹੁਤ ਹਾਈ ਪ੍ਰਾਈਸ ਤੇ ਵਿਕਦਾ ਤੇ ਇਦਾਂ ਹੀ ਜਦੋਂ ਅਸੀਂ ਖੇਤੀ ਤੇ ਆਉ ਤੇ ਉਹ ਦੀ ਜੇ ਦੇਖਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜਦੋਂ ਉਗਾਉਨੇ ਆ ਉਹਨਾਂ ਦੀ ਕੀਮਤ ਜਿਹੜੀ ਆ ਉਹ ਬਹੁਤ ਲਾਗਤ ਜਿਹੜੀ ਉਹਦੇ ਚ ਕਾਫੀ ਜ਼ਿਆਦਾ ਆ ਜੇ ਕਿਸਾਨ ਦੀ ਉਹਦੇ ਚ ਮਿਹਨਤ ਜੋੜ ਦਈਏ ਤੇ ਹੋਰ ਵੀ ਜ਼ਿਆਦਾ ਬਣ ਜਾਂਦੀ ਆ ਜੀ ਪਰ ਜੋ ਉਹਨੂੰ ਮਿਲਦਾ ਆ ਉਹਦੇ ਮੁਕਾਬਲੇ ਜਿਹੜਾ ਆ ਉਹ ਬਹੁਤ ਘਟ ਘਟ ਆ ਉਦਾਹਰਨ ਦੇ ਤੌਰ ਤੇ ਲੈ ਲਈਏ ਮੱਕੀ ਲੈ ਲਈਏ ਤੇ ਸਿਰਫ ਆਲੂ ਲੈ ਲਈਏ ਇਹਨਾਂ ਦੋਨਾਂ ਦੀ ਗੱਲ ਕਰ ਲਈਏ ਤੇ 10 20 25 ਰੁਪਏ ਕਿਲੋ ਵਿਕਣ ਵਾਲਾ ਆਲੂ ਜਦੋਂ ਮਾਰਕੀਟ ਸਾਡੇ ਕੋਲ ਪਹੁੰਚਦਾ ਹੈ ਚਿਪਸ ਦੀ ਸ਼ੇਪ ਚ ਤੇ ਉਹ 10 ਰੁਪਏ ਤੋਂ 15 ਤੋਂ 10 ਕ ਗ੍ਰਾਮ ਕੇ 20 ਕ ਗ੍ਰਾਮ ਮਿਲਦਾ ਹਨਾ ਇਦਾਂ ਹੀ ਪਾਪ ਕੌਰ ਲੈ ਲਓ ਤੇ 10 ਰੁਪਏ ਦੀ ਛੱਲੀ ਤੇ ਪਾਪ ਕੌਰ ਦਾ ਬਾਕਸ ਲੈਣਾ ਹੋਏ ਤੁਸੀਂ ਸਿਨੇਮਾ ਹਾਲ ਜਿ ਬੈਠੇ ਪਾਪ ਕੌਰ ਇਦਾਂ ਹੈ ਜੇ ਤੁਸੀਂ ਕਿਤੇ ਸਾਡੇ ਕਿਸੇ ਪਿੰਡ ਵਾਲੇ ਬੰਦੇ ਨੂੰ ਜਿਹੜਾ ਇਹ ਖੇਤੀ ਨਾਲ ਜੁੜਿਆ ਹੋਇਆ ਉਹਨੂੰ ਤੁਸੀਂ ਪਾਪ ਕੌਰ ਦਿਖਾਓ ਤੇ ਇਸ ਮਹਿੰਗੇ ਨੇ ਤੇ ਉਹ ਕਦੀ ਵੀ ਨਾ ਉਸ ਚੀਜ਼ ਨੂੰ ਖਾਵੇ ਜੀ ਈਵਨ ਕਿ ਕਈ ਵਾਰ ਤੇ ਅਸੀਂ ਬੰਦੇ ਇਸ ਕੰਮ ਲਈ ਬਹਿਸ ਕਰਦੇ ਦੇਖੇ ਨੇ ਕਿ ਇਸ ਚੀਜ਼ ਦਾ ਇੰਨਾ ਮੁੱਲ ਕਿਉਂ ਹੈ ਜੀ ਪਰ ਹੁਣ ਅਸੀਂ ਗੱਲ ਜਿਸ ਗੱਲ ਦੀ ਕਰਦੇ ਆ ਮੈਂ ਕੱਲ ਇੱਕ ਆਰਟੀਕਲ ਪੜ੍ਹਦਾ ਸੀਗਾ ਕਿ ਭਾਰਤ ਦੇ ਪੰਜਾਬ ਦੇ ਕਿਸਾਨ ਜਿਹਨਾਂ ਨੂੰ ਅਸੀਂ ਚੰਗੇ ਕਿਸਾਨ ਕਹਿੰਨੇ ਆ ਉਹਨਾਂ ਦੀ ਵੀ ਜਿਹੜੀ ਇਨਕਮ ਆ ਉਹ 24000 ਬਣਦੀ ਆ ਜੀ ਉਹ ਫੈਮਿਲੀ ਦੀ ਤੇ ਜੇ ਅਸੀਂ ਉਹਨੂੰ ਪਰ ਫੈਮਿਲੀ ਜੇ ਪੰਜ ਬੰਦੇ ਹੋਣ ਤੇ ਉਹ 5000 ਰੁਪਿਆ ਜਾਂ 5000 ਤੋਂ ਵੀ ਘੱਟ 4000 ਦੇ ਕਨੇਡਾ ਰਹਿ ਜਾਂਦੀ ਤੇ ਪਰਮਿੰਦਰ ਜੀ ਹੈਰਾਨੀ ਜਨਕ ਅੰਕੜੇ ਸੀਗੇ ਜਦੋਂ ਅਸੀਂ ਸਾਰੇ ਭਾਰਤ ਦੀ ਗੱਲ ਕਰੀਏ ਤੇ ਉਹ ਜਿਹੜੀ ਐਵਰੇਜ ਆ ਉਹ 7-8000 ਰਹਿ ਜਾਂਦੀ ਹੈ ਹੂੰ ਹੂੰ ਪੰਜਾਬ ਦੇ ਕਿਸਾਨਾਂ ਦੀ ਹਾਲਤ ਬਹੁਤ ਚੰਗੇ ਨੇ ਉਹਦੀ ਵਜ੍ਹਾ ਸਿਰਫ ਉਹ ਜਿਹੜਾ ਮੰਡੀ ਦਾ ਸਿਸਟਮ ਹੈਗਾ ਹਾਲੇ ਉਹ ਕਰਕੇ ਹੀ ਆ ਜੀ ਤੇ ਜੇ ਤੁਸੀਂ ਦੇਖੋ ਵੀ 6-7000 ਜਦੋਂ ਅੰਕੜੇ ਰਹਿ ਜਾਂਦੇ ਨੇ ਤੇ ਜੇ ਪੰਜ ਮੈਂਬਰਾਂ ਦੀ ਫੈਮਿਲੀ ਆ ਤੇ ਉਹਦਾ ਹਾਲਾਤ ਕੀ ਬਣਦਾ ਹੋਵੇਗਾ ਜੀ ਮਹੀਨੇ ਦੀ ਇਨਕਮ ਜਿਹੜੀ ਹੈ ਜੇ ਆਪਾਂ ਨੂੰ 11200 ਇੱਕ ਬੰਦੇ ਦੀ ਪਰ ਹੁਣ ਗੱਲ ਦੂਜੇ ਪਾਸੇ ਆ ਵੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਤੇ 8 ਕਰੋੜ ਰੁਪਇਆ ਖਰਚ ਰਹੀ ਹੈ ਜੀ ਤੇ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਦਾ ਬਿਜਲੀ ਪਾਣੀ ਬੰਦ ਕੀਤਾ ਜਾਂਦਾ ਜੀ ਤੇ ਇਹਨਾਂ ਨੂੰ ਇਸ ਗੱਲ ਨੂੰ ਤੁਸੀਂ ਜਦੋਂ ਦੇਖੋਗੇ ਤੇ ਕੱਲ ਜਦੋਂ ਕੱਲ ਦੀ ਗੱਲ ਮੈਂ ਕਣਦ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਚੀਜ਼ ਦਾ ਇਤਿਹਾਸ ਲਿਖਿਆ ਜਾਊਗਾ ਤੇ ਇਸ ਸਰਕਾਰ ਨੂੰ ਲੋਕ ਕਿਸ ਨਜ਼ਰੀਏ ਨਾਲ ਦੇਖਣਗੇ ਉਹ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਘਟਨਾ ਹੋ ਜੀ ਤੇ ਮੈਨੂੰ ਇਹ ਮਤਲਬ ਬਹੁਤ 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 ਜ਼ਿਆਦਾ ਗਲਤ ਇਸ ਗੱਲ ਨੂੰ ਕਿਹਾ ਜਾਊਗਾ ਮੈਂ ਨਹੀਂ ਕਹਿੰਦਾ ਕਿ ਸਰਕਾਰ ਨੂੰ ਪ੍ਰਚਾਰ ਤੇ ਪ੍ਰਸਾਰ ਤੇ ਪੈਸੇ ਖਰਚਣੇ ਪੈਣਗੇ ਹੂੰ ਹੂੰ ਪਰ ਇਹ ਤੁਸੀਂ ਕੀ ਸੋਚ ਕੇ ਇਹ ਪ੍ਰਚਾਰ ਕਰ ਰਹੇ ਨੇ ਉਹਦਾ ਮੈਂ ਤੁਹਾਨੂੰ ਇੱਕ ਦੂਜਾ ਪਹਿਲੂ ਦੱਸਣਾ ਚਾਹੁੰਦਾ ਮੈਨੂੰ ਇਦਾਂ ਲੱਗਦਾ ਜੀ ਕਿ ਭਾਰਤ ਸਰਕਾਰ ਨੇ ਭਾਜਪਾ ਕਹਿ ਲੋ ਜਾਂ ਭਾਜਪਾ ਦੀ ਭਾਜਪਾ ਸਰਕਾਰ ਜਿਹੜੀ ਭਾਜਪਾ ਦੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਇਸ ਕੰਮ ਦੇ ਵਿੱਚ ਥੋੜੀ ਬਹੁਤ ਇਸ ਹੱਦ ਤੱਕ ਸਫਲਤਾ ਪ੍ਰਾਪਤ ਕਰ ਲੈਣੀ ਆ ਇਹ ਪੈਸੇ ਖਰਚ ਕੇ ਕਿਉਂਕਿ ਮੀਡੀਆ ਵੀ ਉਹਨਾਂ ਦੇ ਹੱਕ ਚ ਬਹੁਤ ਸਾਰਾ ਮੀਡੀਆ ਜੀ ਹਾਲਾਂਕਿ ਭਾਰਤ ਦੇ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਜਾਂ ਉਹਨਾਂ ਲਈ ਉਹਨਾਂ ਨੂੰ ਸਮਰਥਨ ਸਾਰੇ ਮੁਲਕ ਤੋਂ ਮਿਲ ਰਿਹਾ ਪਰ ਉਹ ਸਾਰੇ ਦੇ ਸਾਰੇ ਮੁਲਕ ਤੋਂ ਮਿਲ ਰਿਹਾ ਇਦਾਂ ਨਹੀਂ ਅਸੀਂ ਕਹਿ ਸਕਦੇ ਜੀ ਬਹੁਤ ਸਾਰੇ ਲੋਕ ਉਹ ਵੀ ਜਿਨ੍ਹਾਂ ਨੇ ਜਿਹੜੇ ਸਿੱਕੇ ਦਾ ਦੂਜਾ ਪਾਸਾ ਵੀ ਦੇਖਦੇ ਨੇ ਬਹੁਤ ਸਾਰੇ ਲੋਕ ਉਹੀ ਨੇ ਜੋ ਉਹੀ ਦੇਖਦੇ ਨੇ ਜੋ ਉਹਨੂੰ ਟੈਲੀਵਿਜ਼ਨ ਦਿਖਾ ਰਿਹਾ ਜੋ ਉਹਨਾਂ ਨੂੰ ਅਖਬਾਰਾਂ ਪੜਾ ਰਹੇ ਜੀ ਭਾਵੇਂ ਸਾਡੇ ਕਿਸਾਨਾਂ ਨੇ ਸਾਰੀ ਮੁਲਕ ਦੇ ਵਿੱਚ ਰੈਲੀਆਂ ਕੀਤੀਆਂ ਪਰ ਇਹਨਾਂ ਪੈਸਿਆਂ ਨੂੰ ਜਿਹੜੇ ਪੈਸੇ ਭਾਜੀਪੀ ਨੇ ਜਿਹੜਾ ਸਰਕਾਰ ਨੇ ਖਰਚੇ ਨੇ ਉਹਨਾਂ ਦਾ ਇੱਕ ਅਸਰ ਇਹ ਜ਼ਰੂਰ ਹੋਊਗਾ ਕਿ ਕਿਤੇ ਨਾ ਕਿਤੇ ਬਾਕੀ ਦੇ ਮੁਲਕ ਦੇ ਵਿੱਚ ਇਹ ਗੱਲ ਜ਼ਰੂਰ ਹੋਊਗੀ ਕਿ ਕਾਨੂੰਨ ਭਾਵੇਂ ਥੋੜੇ ਬਹੁਤ ਗਲਤ ਹੋਣਗੇ ਪਰ ਜਿਹੜੇ ਕਿਸਾਨਾਂ ਦਾ ਜਿਹੜਾ ਜਿਹਦੇ ਆ ਉਹ ਜ਼ਿਆਦਾ ਹੈ ਤੇ ਹੋ ਅਸੀਂ ਬਹੁਤ ਬਾਰੇ ਗੱਲ ਕਰ ਚੁੱਕੇ ਹਾਂ ਤੇ ਅਸੀਂ ਇਸ ਚੀਜ਼ ਨੂੰ ਦੇਖਦੇ ਰਹੇ ਹਾਂ ਸਤੰਬਰ ਤੋਂ ਲੈ ਕੇ ਜਾਂ ਜੂਨ ਤੋਂ ਲੈ ਕੇ ਜਦੋਂ ਤੋਂ ਅੰਦੋਲਨ ਬਣਿਆ ਇਹ ਅੰਦੋਲਨ ਸਿਆਸਤ ਤੋਂ ਪਰੇ ਸੀ ਜੀ ਪਰ ਹੁਣ ਚਾਹੇ ਉਹ ਰਾਜ ਸਭਾ ਚ ਆ ਹੂੰ ਚਾਹੇ ਉਹ ਲੋਕ ਸਭਾ ਚ ਆ ਤੇ ਚਾਹੇ ਵੱਖਰੀਆਂ ਵੱਖਰੀਆਂ ਪੰਚਾਇਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਹਾ ਪੰਚਾਇਤਾਂ ਹੋ ਰਹੀਆਂ ਜਿਨ੍ਹਾਂ ਨੂੰ ਸਿਆਸੀ ਭਾਸ਼ਾ ਚ ਅਸੀਂ ਰੈਲੀਆਂ ਕਹਿੰਦੇ ਸੀ ਤੇ ਹੁਣ ਅਸੀਂ ਕਿਸਾਨੀ ਭਾਸ਼ਾ ਚ ਉਹਨਾਂ ਨੂੰ ਪੰਚਾਇਤਾਂ ਜਾਂ ਮਹਾ ਪੰਚਾਇਤਾਂ ਕਹਿੰਦੇ ਆ ਉੱਥੇ ਸਿਆਸੀ ਲੋਕਾਂ ਦਾ ਜਿਹੜਾ ਆਉਣਾ ਜਾਣਾ ਆ ਉਹਦਾ ਇੱਕ ਅਸਰ ਜ਼ਰੂਰ ਭਾਜਪੀ ਨੂੰ ਫਾਇਦੇ ਦੇ ਰੂਪ ਚ ਵੀ ਮਿਲੂਗਾ ਜੀ ਉਹ ਇਸ ਪਾਸੇ ਤੋਂ ਦੇਖਿਆ ਜਾਊਗਾ ਇਹ ਇਸ ਗੱਲ ਨੂੰ ਕਿ ਇਹ ਜਿਹੜਾ ਅੰਦੋਲਨ ਨੇ ਆ ਇਹ ਵੀ ਕਿਤੇ ਨਾ ਕਿਤੇ ਵਿਰੋਧੀਆਂ ਦੀ ਸਿਆਸਤ ਤੋਂ ਪ੍ਰੇਰਿਤ ਆ ਜੀ ਤੇ ਮੈਨੂੰ ਇਹ ਲੱਗਦਾ ਕਿ ਉਹ ਜਿਹੜੇ ਪੈਸੇ ਬੀਜੇਪੀ ਨੇ ਖਰਚੇ ਆ ਉਹਨੂੰ ਉਹ ਉਹਨਾਂ ਨੂੰ ਆਪਣਾ ਜਿਹੜਾ ਮਸਲਾ ਆ ਉਹਨੂੰ ਸਾਰਥਕ ਹੱਲ ਵੱਲ ਉਹ ਲੈ ਜਾਣਗੇ ਜੀ ਚਲੋ ਇਹ ਤਾਂ ਵਕਤ ਦੱਸੇਗਾ ਵੀ ਇਹਦਾ ਹੱਲ ਨਿਕਲਦਾ ਹੈ ਫਾਇਦਾ ਕਿਨੂੰ ਹੁੰਦਾ ਤੇ ਨੁਕਸਾਨ ਕਿਨੂੰ ਹੁੰਦਾ ਜਿੱਦਾਂ ਅਸੀਂ ਅਕਸਰ ਕਹਿੰਦੇ ਆ ਤਕੜੇ ਦਾ ਸੱਤੀ ਵੀ ਹਿਸਾ ਹਾਂ ਹਾਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਕੋਲ ਵੱਡੇ ਸਾਧਨ ਨੇ ਜੀ ਖ਼ਬਾਰੀ ਮੀਡੀਆ ਦੇ ਕੋਲ ਉਹਨਾਂ ਕੋਲ ਵੱਡੇ ਸਾਧਨ ਨੇ ਟੈਲੀਵਿਜ਼ਨ ਮੀਡੀਆ ਕੋਲ ਵੱਡੇ ਸਾਧਨ ਨੇ ਭਾਵੇਂ ਅਸੀਂ ਆਪਣੀ ਕਿਸਾਨ ਅਸੀਂ ਨਹੀਂ ਭਾਵੇਂ ਕਿਸਾਨ ਆਪਣੀ ਗੱਲ ਦੱਸ ਰਹੇ ਨੇ ਪਰ ਫਿਰ ਵੀ ਅਸੀਂ ਕਿੰਨੇ ਲੋਕਾਂ ਤੱਕ ਦੱਸ ਰਹੇ ਹਾਂ ਤੇ ਨੈਸ਼ਨਲ ਮੀਡੀਆ ਕਿੰਨੇ ਲੋਕਾਂ ਤੱਕ ਦੱਸ ਰਿਹਾ ਉਹਦਾ ਇਫੈਕਟ ਜਿਹੜਾ ਜ਼ਰੂਰ ਨਜ਼ਰ ਆਏ ਜੀ ਤੇ ਇਸ ਵੇਲੇ ਇਹ ਤਪ ਵਿਖ ਚ ਪਤਾ ਲੱਗੇਗਾ ਪ੍ਰੈਸ ਵਲੇ ਜਿਹੜਾ ਮੁੱਦਾ ਹੋਰ ਹੈ ਨਾ ਉਹ ਹੈ ਸੁਪਰੀਮ ਕੋਰਟ ਦਾ ਕੇਂਦਰ ਤੇ ਟਵਿੱਟਰ ਇੰਡੀਆ ਨੂੰ ਨਵਾਂ ਨੋਟਿਸ ਜੀ ਤੇ ਸੁਪਰੀਮ ਕੋਰਟ ਨੂੰ ਬਾਰ-ਬਾਰ ਨੋਟਿਸ ਕਿਉਂ ਦੇਣੀ ਪੈ ਰਹੇ ਨੇ ਜਦੋਂ ਕੀ ਕਹਿੰਦੇ ਤਾਣੀ ਉਲਝ ਜਾਂਦੀ ਆ ਫਿਰ ਤੰਦ ਲੱਭਦਾ ਨਹੀਂ ਤੇ ਫਿਰ ਮਸਲੇ ਦਾ ਖਲਾਰ ਪਿਆ ਹੋਇਆ ਤੇ ਕੋਲ ਮਿਲਾ ਕੇ ਫਿਰ ਅਸੀਂ ਇਹੀ ਗੱਲ ਕਰਦੇ ਆ ਜਿਹੜਾ ਸ਼ੇਰਗਿੱਲ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਵੀ ਜਦੋਂ ਕਿਸੇ ਨੂੰ ਡਰਾਵਾ ਦੇਣਾ ਹੋਵੇ ਫਿਰ ਅਸੀਂ ਇਹ ਕਹਿੰਨੇ ਆ ਦੇਖ ਲਊਗਾ ਤੈਨੂੰ ਮੈਂ ਕੋਰਟ 'ਚ ਤੇ ਹੁਣ ਹਰ ਗੱਲ ਨੂੰ ਕੋਰਟ 'ਚ ਹੀ ਦੇਖਿਆ ਜਾਂਦਾ ਜੀ ਕੋਈ ਗੋਇਨਕਾ ਕਰਕੇ ਵਿਨੀਤ ਗੋਇਨਕਾ ਕਰਕੇ ਉਹਨਾਂ ਨੇ ਇੱਕ ਜਨਹਿਤ ਪਟੀਸ਼ਨ ਪਾਈ ਆ ਸੁਪਰੀਮ ਕੋਰਟ ਦੇ ਵਿੱਚ ਕਿ ਟਵਿੱਟਰ ਦਾ ਜਿਹੜਾ ਆ ਦੁਰਉਪਯੋਗ ਬਹੁਤ ਜ਼ਿਆਦਾ ਲੋਕ ਕਰ ਰਹੇ ਨੇ ਤੇ ਉਸੇ ਕੇਸ ਨੂੰ ਲੈ ਕੇ ਉਸੇ ਜਨਹਿਤ ਜੱਜਕਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕੇਂਦਰ ਸਰਕਾਰ ਨੂੰ ਵੀ ਤੇ ਟਵਿੱਟਰ ਨੂੰ ਵੀ ਨੋਟਿਸ ਭੇਜਿਆ ਕਿ ਇਸ ਜਨਹਿਤ ਜਾਂਚ ਕਾਲੇ ਪੇਸ਼ ਹੋ ਤੇ ਆਪਣੇ ਆਪਣੇ ਜਿਹੜੇ ਆ ਪੱਖ ਦੱਸੋ ਪੱਖ ਦੱਸੋ ਵਿਨੀਤ ਗੋਇਨਕਾ ਦੀ ਜਿਹੜੀ ਪਟੀਸ਼ਨ ਹੈ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਫੇਸਬੁਕ ਤੇ ਟਵਿੱਟਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਫੇਕ ਅਕਾਊਂਟ ਬਣਾਏ ਹੋਏ ਨੇ ਤੇ ਜਿੱਥੋਂ ਝੂਠੀਆਂ ਜਾਣਕਾਰੀਆਂ ਸਾਹਮਣੇ ਆਉਂਦੀਆਂ ਤੇ ਉਹ ਸਾਡਾ ਆਮ ਲੋਕਾਂ ਦਾ ਨੁਕਸਾਨ ਕਰਦੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਝੂਠੀਆਂ ਜਾਣਕਾਰੀਆਂ ਦੰਗਿਆਂ ਦੀ ਵਜ੍ਹਾ ਬਣਦੀਆਂ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਮੈਨੂੰ ਨਹੀਂ ਪਤਾ ਉਹਦੇ ਬਾਰੇ ਕੀ ਆ ਪਰ ਮੈਂ ਵੀ ਉਹ ਉਹਨਾਂ ਦੀ ਜਾਣਕਾਰੀ ਦੀ ਗੱਲ ਕਰਦਾ ਉਸ ਪਟੀਸ਼ਨ ਦੀ ਕਿ ਸਾਢੇ 3 ਕਰੋੜ ਲੋਕ ਟਵਿੱਟਰ ਯੂਜ਼ ਕਰ ਰਹੇ ਨੇ ਕੋ 35 ਕਰੋੜ ਦੇ ਕਰੀਬ-ਕਰੀਬ ਫੇਸਬੁਕ ਅਕਾਊਂਟਸ ਨੇ ਤੇ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜਿਹਦੇ ਵਿੱਚੋਂ 10% ਫੇਕ ਨੇ ਮੈਂ ਕੋਈ ਉਹਦਾ ਡਾਟਾ ਦਾ ਐਨਲਿਸਿਸ ਨਹੀਂ ਕਰਦੇ ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਝੂਠੇ ਅਕਾਊਂਟ ਜਿਹੜੇ ਉਹ ਬਣੇ ਹੋਏ ਨੇ ਹੂੰ ਹੂੰ ਉਹਨੂੰ ਮੈਂ ਇੱਕ ਹੋਰ ਤਰੀਕੇ ਨਾਲ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਪਰਮਿੰਦਰ ਜੀ ਕਈ ਵਾਰ ਮੰਨ ਲਓ ਸਾਡੇ ਸਾਹਮਣੇ ਇੱਕ ਖਬਰ ਆਈ ਹੈ ਜੀ ਕਿ ਫਲਾਨੀ ਜਗ੍ਹਾ ਤੇ ਇਹ ਘਟਨਾ ਹੋ ਗਈ ਹੂੰ ਹੂੰ ਤੇ ਅਸੀਂ ਜੇ ਬਹੁਤ ਸਮਝਦਾਰੀ ਨਾਲ ਵੀ ਕਹੀਏ ਤੇ ਅਸੀਂ ਕਵਾਂਗੇ ਨਹੀਂ ਯਾਰ ਐਦਾਂ ਨਹੀਂ ਹੋਇਆ ਹੋਣਾ ਇਹ ਫੇਕ ਨਿਊਜ਼ ਹੈ ਹੂੰ ਹੂੰ 2 4 10 ਦਿਨ ਬਾਅਦ ਕਿਸੇ ਹੋਰ ਪੇਜ ਤੋਂ ਸਾਡੇ ਕੋਲ ਕੋਈ ਮੀਟਰ ਨਹੀਂ ਐ ਇਸ ਕਿਸੇ ਚੀਜ਼ ਨੂੰ ਜਾਣਨ ਦਾ ਕਿ ਉਹ ਪੇਜ ਫੇਕ ਆ ਜਾਂ ਨਹੀਂ 10 ਦਿਨ ਬਾਅਦ ਸਾਨੂੰ ਕੋਈ ਰਲਦੀ ਮਿਲਦੀ ਘਟਨਾ ਫੇਰ ਆਵੇ ਤੇ ਸਾਡੇ ਦਿਮਾਗ ਦੇ ਵਿੱਚ ਉਹ ਜਿਹੜੀ ਪੁਰਾਣੀ ਗੱਲ ਐ ਉਹ ਫੇਰ ਰਿਮਾਈਂਡ ਹੋ ਜਾਣੀ ਐ ਤੇ ਮੰਨ ਲਓ ਜੇ ਕਰਦਿਆਂ ਕਰਾਉਂਦਿਆਂ ਮਹੀਨੇ ਦੇ ਅੰਦਰ ਅੰਦਰ 3-4 ਵਾਰ ਤੁਹਾਨੂੰ ਵੱਖਰੇ-ਵੱਖਰੇ ਜਗ੍ਹਾ ਤੋਂ ਮਿਲੇ ਉਹ ਗੱਲ ਤੇ ਤੁਸੀਂ ਉਹਨੂੰ 40-50% ਤੇ ਸੱਚ ਮੰਨ ਨਹੀਂ ਲੈਣਾ ਹੂੰ ਹੂੰ ਗੱਲ ਇਹ ਬਹੁਤ ਸਹੀ ਐ ਜਿਹੜਾ ਉਹ ਕੇਸ ਐ ਉਹਦੇ 'ਚ ਕਿ ਜਨਹਿੱਤ ਪਟੀਸ਼ਨ ਜਿਹੜੀ ਹੈਗੀ ਐ ਕਿ ਲੋਕਾਂ ਨੂੰ ਇਸ ਗੱਲ ਦੀ ਸੱਚਾਈ ਬਾਰੇ ਕਿਵੇਂ ਦੱਸਿਆ ਜਾਵੇ ਤੇ ਕਿਵੇਂ ਨਾ ਦੱਸਿਆ ਜਾਵੇ ਜੀ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹਰ ਚੀਜ਼ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਤੇ ਸੋਸ਼ਲ ਮੀਡੀਆ ਦੇ ਜਿਹੜੇ ਫਾਇਦੇ ਨੇ ਉਹ ਜ਼ਰੂਰ ਨੇ ਤੇ ਨੁਕਸਾਨ ਵੀ ਆ ਕਿ ਸਾਡੇ ਸਾਹਮਣੇ ਕਈ ਵਾਰ ਜਿਹੜੀ ਆ ਗੈਰ ਪ੍ਰਮਾਣਿਕ ਜਾਣਕਾਰੀ ਆਉਂਦੀ ਆ ਤੇ ਅਸੀਂ ਉਹਨੂੰ ਸੱਚ ਮੰਨ ਲੈਂਦੇ ਹਾਂ ਇਸ ਗੱਲ ਦਾ ਫਾਇਦਾ ਸਾਡੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਈਟੀ ਸੈੱਲ ਬਣਾ ਕੇ ਕਿਵੇਂ ਲੈਂਦੀਆਂ ਨੇ ਅਸੀਂ ਪਹਿਲਾਂ ਵੀ ਦੇਖਿਆ ਤੇ ਅੱਗੇ ਵੀ ਦੇਖੇ ਰ੍ਹਾਂਗੇ ਤੇ ਹੁਣ ਇਹਦਾ ਚ ਕੇਸ ਦੇ ਵਿੱਚ ਸੁਪਰੀਮ ਕੋਰਟ ਕੀ ਕਹਿੰਦੀ ਆ ਟਵਿੱਟਰ ਆਪਣਾ ਪੱਖ ਕਿਵੇਂ ਰੱਖਦਾ ਆ ਅਸੀਂ ਵਿੱਚ ਦੇ ਨਾਲ ਦੇ ਦੇਖਿਆ ਕਿ 1100 1200 ਅਕਾਊਂਟ ਬੰਦ ਕਰਨ ਨੂੰ ਕਿਹਾ ਸੀ ਉਹਨਾਂ ਨੇ ਬੰਦ ਕਰ ਦਿੱਤੇ ਫਿਰ ਉਹ ਟੈਂਪਰੇਰੀ ਤੌਰ ਤੌਰ ਤੇ ਬੰਦ ਕਰਦੇ ਨੇ ਤੇ ਚਲਾ ਵੀ ਦਿੰਦੇ ਨੇ ਇਸੇ ਕੇਸ ਦੇ ਸਬੰਧ ਵਿੱਚ ਅਸੀਂ ਦੇਖਿਆ ਸੀ ਵਿੱਚ ਕਿਤੇ ਇੱਕ ਰਾਜ ਸਭਾ ਮੈਂਬਰ ਨੇ ਵੀ ਕਿਹਾ ਕਿ ਮੇਰਾ ਵੀ ਅਕਾਊਂਟ ਬੰਦ ਕਰ ਦਿੱਤਾ ਗਿਆ ਤੇ ਰਾਜ ਸਭਾ ਮੈਂਬਰ ਵਿਚਾਰਾ ਕੌਣ ਹੈ ਤੇ ਟਰੰਪ ਦਾ ਫੇਸਬੁੱਕ ਅਕਾਊਂਟ ਬੰਦ ਕਰਦਾ ਸੀ ਉਹਨਾਂ ਨੇ ਜੀ ਜੀ ਬਿਲਕੁਲ ਤੇ ਉਹਦੇ ਵਿੱਚ ਹੀ ਗੋਇਨਕਾ ਨੇ ਆਪਣੀ ਜਾਣਕਾਰ ਆਪਣੀ ਪਟੀਸ਼ਨ 'ਚ ਇਹ ਵੀ ਕਿਹਾ ਹੈ ਕਿ ਇਹਦੇ ਨਾਲ ਕੇਵਾਈਸੀ ਲੱਗੇ ਜਿਹੜਾ ਵੀ ਬੰਦਾ ਆਪਣਾ ਅਕਾਊਂਟ ਬਣਾਉਂਦਾ ਆ ਉਹ ਆਪਣਾ ਆਧਾਰ ਕਾਰਡ ਵੀ ਨਾਲ ਲਾਵੇ ਤੇ ਆਪਣੀ ਜਾਣਕਾਰੀ ਦਵੇ ਫੇਸਬੁੱਕ ਬਣਾਉਣ ਲਈ ਪਰ ਸਾਨੂੰ ਸੁਚਾਰੇ ਹੋਣ ਦੀ ਲੋੜ ਹੋਊਗੀ ਸਿਆਣੇ ਹੋਣ ਦੀ ਲੋੜ ਹੋਊਗੀ ਜਦੋਂ ਅਸੀਂ ਕਿਸੇ ਜਾਣਕਾਰੀ ਨੂੰ ਪੜ੍ਹਦੇ ਆ ਉਹਦੇ ਤੇ ਅੱਖਾਂ ਮੀਟ ਕੇ ਯਕੀਨ ਨਾ ਕਰੀਏ ਪਰ ਹਿਊਮਨ ਸਾਈਕੋਲੋਜੀ ਆ ਕਿ ਅਸੀਂ ਲਿਖੇ ਹੋਏ ਨੂੰ ਜਦੋਂ ਪੜ੍ਹਦੇ ਆ ਤੇ ਸਾਨੂੰ ਉਹ ਸੱਚ ਜਾਪਦਾ ਤੇ ਹੁਣ ਇਹਦੇ ਚੋਂ ਨਿਕਲੂਗਾ ਕਿ ਇਹ ਸਾਡੇ ਤੋਂ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਦੀਆਂ ਰਹਿਣਗੀਆਂ ਕਿ ਸੋਸ਼ਲ ਮੀਡੀਆ ਨੂੰ ਕਿਵੇਂ-ਕਿਵੇਂ ਵਰਤਿਆ ਜਾਂਦਾ ਤੇ ਕਿਵੇਂ-ਕਿਵੇਂ ਵਰਤਿਆ ਜਾਣਾ ਚਾਹੀਦਾ ਉਹਦੇ ਚ ਮੇਰੀ ਇੱਕ ਹੋਰ ਰੀਕਵੈਸਟ ਹੈ ਸਾਰੇ ਲੋਕਾਂ ਨੂੰ ਕਿ ਫੇਸਬੁੱਕ ਵੀ ਦੇਖੋ ਟਵਿੱਟਰ ਵੀ ਦੇਖੋ ਪਰ ਅਖਬਾਰਾਂ ਤੋਂ ਤੇ ਕਿਤਾਬਾਂ ਤੋਂ ਜ਼ਰੂਰ ਕੰਮ ਲਓ ਤੇ ਉੱਥੇ ਜ਼ਿਆਦਾ ਆਥੈਂਟਿਕ ਜਾਣਕਾਰੀ ਲੈ ਸਕੋ ਜੀ ਤੇ ਸ਼ਰਮਾ ਜੀ ਇਸ ਵੇਲੇ ਅਸੀਂ ਵੀ ਥੋੜੇ ਜੇ ਸਮਝਦਾਰ ਬਣੀਏ ਤੇ ਪ੍ਰੋਗਰਾਮ ਚ ਬ੍ਰੇਕ ਲੈਣੇ ਹੈ ਵਕਵੇ ਤੋਂ ਬਾਅਦ ਵਿਚਾਰ ਚਰਚਾ ਚ ਫੇਰ ਤੋਂ ਸਵਾਗਤ ਹੈ ਅਮਰਜੀ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਨਾ ਸੋਸ਼ਲ ਮੀਡੀਆ ਨਾਲ ਜੁੜੀ ਕੋਈ ਗੱਲਬਾਤ ਕਰ ਰਹੇ ਸੀ ਤੇ ਆਪਾਂ ਪਿੱਛੇ ਜੋ ਚਰਚਾ ਕੀਤੀ ਸੀ ਕਿ ਟਵਿੱਟਰ ਦੀ ਜਗ੍ਹਾ ਭਾਰ ਸਰਕਾਰ ਨੇ ਆਪਣਾ ਕੂ ਐਪ ਲਾਂਚ ਕਰਤਾ ਮਤਲਬ ਹੈਂਡਲਿਕ ਹਨਾ ਤੇ ਹੁਣ ਸੁਣਿਆ ਵੀ WhatsApp ਦਾ ਵੀ ਕੋਈ ਦੇਸੀ ਆਪਣਾ WhatsApp ਬਣਾਇਆ ਜਾ ਰਿਹਾ ਉਪਲਕੀ ਮਾਮਲਾ ਹੈ ministry of information ਜਿਹੜੀ ਆ ਉਹਦੇ ਥੱਲੇ ਇੱਕ ਬਾਡੀ ਕੰਮ ਕਰਦੀ ਐ ਐਨਆਈਸੀ ਨੈਸ਼ਨਲ ਇਨਫੋਰਮੇਸ਼ਨ ਸੈਂਟਰ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਨੇ ਇੱਕ ਐਪ ਤਿਆਰ ਕੀਤੀ ਐ ਸੰਦੇਸ਼ ਉਹਦਾ ਨਾਮ ਰੱਖਿਆ ਟੈਸਟਿੰਗ ਉਹਦੀ ਸ਼ੁਰੂ ਹੋਈ ਐ ਸਿਰਫ ਔਰ ਸਿਰਫ ਸਰਕਾਰੀ ਮੁਲਾਜ਼ਮਾਂ ਲਈ ਵਰਤਿਆ ਜਾ ਰਿਹਾ ਜੀ ਵੈਬਸਾਈਟ ਵੀ ਦਿੱਤੀ ਐ ਉੱਥੋਂ ਕੋ ਡਾਊਨਲੋਡ ਤੁਸੀਂ ਕਰ ਸਕਦੇ ਆ ਤੇ ਉਹਨੂੰ ਚਲਾ ਸਕਦੇ ਆ ਪਰ ਚਲਾਉਣਗੇ ਉਹ ਹੀ ਜਿਹੜੇ ਸਰਕਾਰੀ ਮੁਲਾਜ਼ਮ ਹੋਣਗੇ ਉਹਦਾ ਕੁਝ ਹੱਲੇ ਰੱਖਿਆ ਹੋਣਾ ਉਹਨਾਂ ਨੇ ਡਾਊਨਲੋਡ ਕਰਨ ਦਾ ਜਿਹੜਾ ਸਿਸਟਮ ਐ ਹਮ ਹਮ ਮੰਦਰ ਜੀ ਇਹਨੂੰ ਆਪਾਂ ਜੇ ਦੂਜੇ ਪਾਸੇ ਦੇਖੀਏ ਤੇ ਬਹੁਤ ਸਾਰੀਆਂ ਗੱਲਾਂ 'ਚ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰਾਈਵੇਟਾਈਜੇਸ਼ਨ ਕਰਨੀ ਆ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪ ਨਹੀਂ ਚਲਾਉਣੀਆਂ ਇਨਸ਼ੋਰੈਂਸ ਸੈਕਟਰ ਅਸੀਂ ਨਹੀਂ ਚਲਾਉਣਾ ਹਮਮ ਹਮ ਹੈਲਥ ਸੈਕਟਰ ਅਸੀਂ ਨਹੀਂ ਚਲਾਉਣਾ ਜੀ ਐਜੂਕੇਸ਼ਨ ਸੈਕਟਰ ਅਸੀਂ ਨਹੀਂ ਚਲਾਉਣਾ ਸੜਕਾਂ ਅਸੀਂ ਨਹੀਂ ਬਣਾਉਣੀਆਂ ਹਮਮ ਹਮ ਪ੍ਰਾਈਵੇਟ ਕੰਪਨੀਆਂ ਬਣਾ ਲੈਣ ਟੋਲ ਲਾ ਲੈਣ ਲੋਕ ਗੱਡੀਆਂ ਖਰੀਦਣ ਤੇ ਉੱਥੇ ਚਲਾਉਣ ਤੇ ਉਹਦੇ ਲਈ ਭਾਰੇ ਟੈਕਸ ਪੇ ਕਰਨ ਪਰ ਜਦੋਂ ਗੱਲ ਆਉਂਦੀ ਆ ਡਾਟਾ ਦੀ ਇਨਫੋਰਮੇਸ਼ਨ ਦੀ ਜੀ ਤੇ ਕਮਿਊਨੀਕੇਸ਼ਨ ਦੀ ਫਿਰ ਉਹ ਚਾਹੁੰਦੇ ਆ ਕਿ ਕੋਈ ਇਹੋ ਜੀ ਚੀਜ਼ ਹੋਵੇ ਜਿਹੜੀ ਸਿਰਫ ਸਾਡੇ ਕੋਲ ਹੀ ਹੋਵੇ WhatsApp ਦੀ ਪ੍ਰਾਈਵੇਟ ਪਾਲਿਸੀ ਦੀ ਗੱਲ ਹੋ ਰਹੀ ਸੀ ਕਾਫੀ ਚਿਰਾਂ ਤੋਂ ਹਾਲਾਂਕਿ ਉਹਨਾਂ ਨੇ ਉਹਨੂੰ ਰੋਕ ਲਿਆ ਟਾਲ ਲਿਆ ਫਿਰ ਦੁਨੀਆ ਦੇ ਵਿੱਚ ਅਸੀਂ ਡਾਟਾ ਨੂੰ ਵੇਚਣ ਦੀਆਂ ਗੱਲਾਂ ਬਹੁਤ ਵਾਰ ਦੇਖਦੇ ਆਂ ਤੇ ਦੇਸ਼ ਦੇ ਜਿਹੜੇ ਮਾਮਲੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਦੂਜੇ ਪਾਸੇ ਜਾਂਦੀਆਂ ਨੇ ਤੇ ਉਹਦਾ ਬੜਾ ਦੁਸ਼ ਪ੍ਰਭਾਵ ਸਾਹਮਣੇ ਆਉਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਸੀਕਰਟਸ ਹੁੰਦੀਆਂ ਨੇ ਵਿਕੀ ਲੀਕਸ ਦੇ ਖੁਲਾਸੇ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਤੇ ਅਸੀਂ ਗੱਲਾਂ ਦੇਖੀਆਂ ਆਸਟ੍ਰੇਲੀਆ ਤੇ ਅਮਰੀਕਾ ਦੀ ਸੰਸਦ ਵਿੱਚ ਇਸ ਗੱਲ ਤੇ ਵੀ ਚਰਚਾ ਹੋ ਚੁੱਕੀ ਆ ਕਿ WhatsApp ਤੇ Facebook ਜਿਹੜੀਆਂ ਨੇ ਇਹ ਦੁਨੀਆ ਨੂੰ ਇੱਕ ਪਾਸੜ ਕਰ ਰਹੀਆਂ ਨੇ ਜੀ ਕੰਪੀਟੀਸ਼ਨ ਬੋਰਡ ਜਿਹੜੇ ਨੇ ਸਾਡੇ ਭਾਰਤ ਦੀਆਂ ਜਿਹੜੀਆਂ ਸਰਕਾਰੀ ਸੰਸਥਾ ਨੇ ਜਿਹੜੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਮੁਕਾਬਲੇ ਦੀ ਭਾਵਨਾ ਨੂੰ ਜਿੰਦੇ ਰੱਖਣ ਲਈ ਬਣੀ ਹੋਈ ਸੰਸਥਾ ਆ ਉਹਨਾਂ ਨੇ ਵੀ ਕਿਹਾ ਇਸ ਗੱਲ ਲਈ ਕਿ ਇਹੋ ਜੀਆਂ ਜਿਹੜੀਆਂ ਮੋਨੋਪੋਲੀ ਵਾਲੀਆਂ ਸੰਸਥਾਵਾਂ ਨੇ ਉਹ ਭਾਰਤ ਦੀ ਭਾਰਤ ਦੀ ਨਹੀਂ ਕਿਸੇ ਵੀ ਦੇਸ਼ ਦੀ ਜਿਹੜੀ ਪ੍ਰਭੂ ਸੱਤਾ ਉਹਦੇ ਲਈ ਖਤਰੇ ਵਾਲੀ ਗੱਲ ਆ ਹੂੰ ਹੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸ਼ਾਇਦ ਸਰਕਾਰ ਨੇ ਇੱਕ ਸੰਦੇਸ਼ ਨਾਂ ਦੀ ਇੱਕ ਐਪ ਬਣਾਈ ਆ ਜਿਹਦੇ ਤੇ ਉਹਨਾਂ ਨੇ ਕਿਹਾ ਕਿ WhatsApp ਵਾਲੇ ਹੀ ਸਾਰੇ ਫੀਚਰ ਹੋਣਗੇ ਤੁਸੀਂ ਮੈਸੇਜ ਭੇਜ ਸਕਦੇ ਆ ਵੀਡੀਓ ਭੇਜ ਸਕਦੇ ਆ ਮੈਸੇਜ ਨੂੰ ਬਾਅਦ ਵਿੱਚ ਡਿਲੀਟ ਕੀਤਾ ਜਾ ਸਕਦਾ ਤੇ ਐਂਡ ਟੂ ਐਂਡ ਐਨਕ੍ਰਿਪਟਡ ਹੋਣ ਦੀ ਗੱਲ ਕੀਤੀ ਆ ਪਰ ਗੱਲ ਤੇ ਉਹੀ ਆ ਕਿ ਤੁਸੀਂ ਇਹ ਸਾਰਾ ਕੁਝ ਚਾਹੁੰਦੇ ਕਿਉਂ ਕਿ ਪ੍ਰਾਈਵੇਸੀ ਦੀ ਲੋੜ ਹੈ ਜੀ ਤੇ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਇਹਨਾਂ ਨੇ ਇੱਕ ਐਪ ਜਿਹੜੀ ਉਹ ਤਿਆਰ ਕੀਤੀ ਆ ਹਾਲੇ ਸਿਰਫ ਸਰਕਾਰੀ ਲੋਕਾਂ ਲਈ ਆ ਪਰ ਕਿਹਾ ਜਾ ਰਿਹਾ ਕਿ ਬਾਅਦ ਵਿੱਚ ਆਮ ਲੋਕਾਂ ਤੱਕ ਵੀ ਪਹੁੰਚੂਗੀ ਜਿੰਦਾ ਤੁਸੀਂ ਟਵਿੱਟਰ ਦੇ ਮੁਕਾਬਲੇ ਕੁ ਦੀ ਗੱਲ ਕੀਤੀ ਆ ਫੇਸਬੁਕ ਵਰਗੀਆਂ ਵਰਗੀਆਂ ਹੋਰ ਬਹੁਤ ਸਾਰੀਆਂ ਐਪਸ ਤੁਹਾਡੇ ਸਾਹਮਣੇ ਨੇ ਜੀ ਜੇ ਅਸੀਂ ਉਹਦੀ ਦੂਜਾ ਪਾਸੇ ਦੇਖੀਏ ਤੇ ਵੀਡੀਓ ਐਪਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਟਿਕਟੌਕ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਬੈਨ ਕੀਤੀਆਂ ਜੀ ਪਰ ਜਿਹੜੀਆਂ ਬੈਨ ਕਰਨੀਆਂ ਚਾਹੀਦੀਆਂ ਸੀ ਉਹ ਹਾਲੇ ਵੀ ਬਹੁਤ ਸਾਰੀਆਂ ਚੱਲ ਰਹੀਆਂ ਹੂੰ ਹੂੰ ਤੇ ਇਹਦੇ ਮੁਕਾਬਲੇ ਜਦੋਂ ਅਸੀਂ ਇਹਦਾ ਇਹਦਾ ਦੂਜਾ ਪਾਸਾ ਇੱਕ ਦੇਖੀਏ ਚੀਨ ਨੇ ਬਹੁਤ ਸਾਰੀਆਂ ਵੈਬਸਾਈਟਸ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਬਣਾਏ ਹੋਏ ਨੇ ਤੇ ਉਹ ਉਹਦੇ ਤੇ ਹੀ ਕੰਮ ਕਰਦੇ ਨੇ ਹੂੰ ਹੂੰ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆ ਟ੍ਰਾਂਸਪੇਰੈਂਸੀ ਵੀ ਕੁਝ ਚੀਜ਼ ਹੈਗੀ ਆ ਤਾਂ ਸੀਕਰੇਸੀ ਵੀ ਕੋਈ ਚੀਜ਼ ਆ ਸਰਕਾਰੀ ਪਰਦੇ ਵੀ ਕੋਈ ਚੀਜ਼ ਨੇ ਤੇ ਬਹੁਤ ਸਾਰੀਆਂ ਗੱਲਾਂ ਨੂੰ ਰੱਖ ਕੇ ਸੰਦੇਸ਼ ਐਬ ਬਣਾਈ ਆ ਇਹਦਾ ਸਫਲ ਹੋਣਾ ਤੇ ਇਹਦਾ ਮਕਬੂਲ ਹੋਣਾ ਵੀ ਆਉਣ ਵਾਲੇ ਸਮੇਂ ਤੇ ਦੱਸੂਗਾ ਕਿ ਉਹ ਕਿਦਾਂ ਚੱਲਦੀ ਆ ਕਿਦਾਂ ਨਹੀਂ ਚੱਲਦੀ ਜਿਸ ਦਿਨ WhatsApp ਦੀ ਪ੍ਰਾਈਵੇਸੀ ਪਾਲਿਸੀ ਦੀ ਗੱਲ ਹੋਈ ਸੀ ਉਸ ਦਿਨ ਵੀ ਬਹੁਤ ਸਾਰੀਆਂ ਐਪ ਸਾਡੇ ਸਾਹਮਣੇ ਆਈਆਂ ਸੀ ਪਰ ਉਹ ਬਹੁਤ ਸਾਰੇ ਲੋਕਾਂ ਨੇ ਡਾਊਨਲੋਡ ਵੀ ਕੀਤੀਆਂ ਪਰ ਉਹ ਮਕਬੂਲ ਨਹੀਂ ਹੁੰਦੀਆਂ ਕਿਉਂਕਿ ਜਿਹੜੀ ਚੀਜ਼ ਇੱਕ ਪ੍ਰੋਪਰ ਸੈਟਅਪ ਚ ਚੱਲਦੀ ਆ ਉਹੀ ਚੱਲਦੀ ਰਹਿ ਜਾਂਦੀ ਆ ਤੇ ਦੂਜੀਆਂ ਸੀ ਕਈ ਵਾਰ ਆਪ ਵੀ ਉਹ ਜਾਣ ਜਾਣੇ ਆ ਅਵੇਸਣੇ ਹੋ ਜਾਣੇ ਆ ਪਰ ਚਲੋ ਕੋਈ ਗੱਲ ਨਹੀਂ ਕਰ ਲਾਂਗੇ ਅਸੀਂ ਕਿਹੜਾ ਰਾਜ਼ ਛੁਪਾਏ ਨੇ ਨਾਲੇ ਹਾਂ ਨਾ ਐਵੀ ਐਵੀ ਨਜ਼ਰੀਆ ਪਰ ਛੁਪਾਏ ਪਾਵੇਂ ਨਹੀਂ ਹੈਗੇ ਪਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਇਹੋ ਜਿਹੀਆਂ ਨਹੀਂ ਜਿਹੜੀਆਂ ਨਹੀਂ ਰਿਵੀਲ ਹੋਣੀਆਂ ਚਾਹੀਦੀਆਂ ਅਸੀਂ ਕਈ ਵਾਰ ਆਪਣੇ ਮੈਸੇਜ ਦੇ ਉੱਤੇ ਕਈ ਵਾਰ ਆਪਣਾ ਪਾਸਵਰਡ ਹੀ ਕਿਸੇ ਦੂਜੇ ਨੂੰ ਭੇਜਿਆ ਹੁੰਦਾ ਕਈ ਵਾਰ ਆਪਣਾ ਬੈਂਕ ਅਕਾਊਂਟ ਸ਼ੇਅਰ ਕੀਤਾ ਹੁੰਦਾ ਕਈ ਵਾਰ ਆਪਣੇ ਫੈਮਿਲੀ ਮੈਂਬਰ ਨੂੰ ਹੀ ਕੋਈ ਚੀਜ਼ ਇਹੋ ਜਿਹੀ ਭੇਜੀ ਹੁੰਦੀ ਹੈ ਜਿਹੜੀ ਕਿਸੇ ਤੁਹਾਡੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨਾਲ ਜੁੜੀ ਹੋਈ ਹੋਵੇ ਜੀ ਜੀ ਬਿਲਕੁਲ ਤੇ ਅਸੀਂ ਜ਼ਿੰਦਗੀ ਦੀ ਦੌੜ ਦੇ ਵਿੱਚ ਪ੍ਰਮੇਂਦਰ ਜੀ ਬਹੁਤ ਅਵੇਸਲੇ ਹੋ ਚੁੱਕੇ ਹਾਂ ਸਾਨੂੰ ਪਤਾ ਹੈ ਆਪੇ ਕਿਹੜੀਆਂ ਸਬਜ਼ੀਆਂ ਚੰਗੀਆਂ ਨੇ ਕਿਹੜੇ ਫਲ ਚੰਗੇ ਨੇ ਸਾਨੂੰ ਕਿਦਾਂ ਖਾਣੇ ਚਾਹੀਦੇ ਨੇ ਪਰ ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਤੇ ਅਸੀਂ ਉਹ ਚੀਜ਼ਾਂ ਭੁੱਲ ਜਾਂਦੇ ਹਾਂ ਤੇ ਸਾਰੀਆਂ ਚੀਜ਼ਾਂ ਪੈਸੇ ਨਾਲ ਹੀ ਖਰਚਣ ਤੇ ਖਰੀਦਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ ਤੇ ਇਹ ਇਵੇਂ ਹੀ ਜਿਹੜੀ ਸਾਡੀ ਜਾਣਕਾਰੀ ਆ ਉਹ ਵੀ ਮਹੱਤਵਪੂਰਨ ਆ ਜੀ ਪਰ ਉਹ ਸਰਕਾਰ ਨੂੰ ਹੁਣ ਲੱਗਿਆ ਕਿ ਬਹੁਤ ਸਾਰੀ ਮਹੱਤਵਪੂਰਨ ਆ ਪਰ ਇਹ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਕਮਿਊਨੀਕੇਸ਼ਨ ਨਾਲੋਂ ਵੀ ਮਹੱਤਵਪੂਰਨ ਚੀਜ਼ਾਂ ਜਿਹੜੀਆਂ ਨੇ ਉਹ ਸਿੱਖਿਆ ਸਿਹਤ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਲਈ ਜ਼ਰੂਰੀ ਨੇ ਉਹਦੇ ਤੇ ਵੀ ਕੰਮ ਕਰਨਾ ਚਾਹੀਦਾ ਰਾਦਰਦਨ ਕੇ ਸਿਰਫ ਅਸੀਂ ਸਿਰਫ ਡਾਟਾ ਨੂੰ ਹੀ ਅਸੀਂ ਪ੍ਰੋਟੈਕਟ ਕਰੀ ਜਾਈਏ ਜਾਂ ਸਕਿਉਰ ਕਰੀ ਜਾਈਏ ਇਹ ਵੀ ਹੋਣਾ ਚਾਹੀਦਾ ਇਹਦੇ ਤੇ ਵੀ ਕੋਈ ਦੋਰਾਵਾ ਨਹੀਂ ਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਇਸ ਵੇਲੇ ਸਾਡੇ ਲਈ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ ਉਹ ਹੈ ਕੱਲ ਯਾਨੀ 14 ਫਰਵਰੀ ਨੂੰ ਸਥਾਨਕ ਚੋਣਾਂ ਹੋ ਰਹੀਆਂ ਨੇ ਫਾਜ਼ਲੀ ਚੋਣ ਪ੍ਰਚਾਰ ਖੁੱਲਾ ਬੰਦ ਹੋ ਗਿਆ ਘਰ ਘਰ ਜਾ ਕੇ ਲੋਕ ਆਪਣੇ ਉਮੀਦਵਾਰ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਮਾਹੌਲ ਕਿਹੋ ਜਿਹਾ ਹੈ ਬੀਕਦੇ ਹੋਏ ਸਥਾਨਕ ਚੋਣਾਂ ਨੂੰ ਕਿਉਂਕਿ ਇੱਕ ਪਾਸੇ ਤਾਂ ਕਿਸਾਨੀ ਹੋਲ ਚੱਲ ਰਿਹਾ ਤੇ ਦੂਜੇ ਪਾਸੇ ਚੋਣਾਂ ਨੇ ਦੇਖੋ ਜੀ ਪਹਿਲਾਂ ਜੇ ਜਦੋਂ ਗੱਲ ਕਰਦੇ ਆਂ ਲੀਡਰਾਂ ਦੀ ਸਿਆਸਤ ਦੀ ਰਾਜਨੀਤੀ ਦੀ ਤੇ ਉਹਨਾਂ ਲਈ ਜਿਹੜੀਆਂ ਚੋਣਾਂ ਨੇ ਉਹ ਤਿਉਹਾਰ ਨੇ ਹੂੰ ਹੂੰ ਤੇ ਤਿਉਹਾਰ ਦਾ ਚਾਹ ਤੇ ਫਿਰ ਸਾਰਿਆਂ ਨੂੰ ਹੁੰਦਾ ਜਦੋਂ ਦੀਵਾਲੀ ਆਉਂਦੀ ਆ ਤੇ ਤੁਸੀਂ ਬਹੁਤ ਖੁਸ਼ ਹੁੰਨੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਕਰਦੇ ਆ ਤੇ ਸਿਆਸਤ ਖੁਸ਼ ਹੋਊਗੀ ਇਸ ਗੱਲ ਦੇ ਵਿੱਚ ਕਿ ਉਹਨਾਂ ਲਈ ਚੋਣਾਂ ਨੇ ਜੀ ਜਿੰਨੀਆਂ ਚੋਣਾਂ ਬਹੁਤ ਛੋਟੇ ਪੱਧਰ ਤੇ ਹੁੰਦੀਆਂ ਆ ਉੰਨੀ ਕਸ਼ਮਕਸ਼ ਜ਼ਿਆਦਾ ਹੁੰਦੀ ਆ ਅਸੀਂ ਪੰਚਾਇਤ ਇਲੈਕਸ਼ਨਸ ਦੇਖਦੇ ਆ ਸਿਰਫ ਇੱਕ ਪਿੰਡ ਦੀ ਚੋਣ ਹੁੰਦੀ ਆ ਤੇ ਸਾਰੇ ਪਿੰਡ ਨੂੰ ਟੈਂਸ ਮਾਹੌਲ ਹੋਇਆ ਹੁੰਦਾ ਬੰਦੇ ਦਾ ਗਲੀ ਵਿੱਚ ਨਿਕਲਣਾ ਵੀ ਔਖਾ ਹੁੰਦਾ ਕਿ ਮੈਨੂੰ ਦੂਜੇ ਵਾਲਾ ਬੰਦਾ ਸਾਹਮਣੇ ਆਊਗਾ ਤੇ ਉਹ ਮੇਰੇ ਮੇਰੀ ਸ਼ਕਲ ਪੜਨ ਦੀ ਕੋਸ਼ਿਸ਼ ਕਰੂਗਾ ਉਹ ਮੇਰੇ ਤੋਂ ਅੱਖਾਂ ਚੁਰਾਉਣ ਦੀ ਕੋਸ਼ਿਸ਼ ਕਰੂਗਾ ਉਹ ਇਸ ਗੱਲ ਨੂੰ ਰੀਡ ਕਰੂਗਾ ਕਿ ਮੈਂ ਕਿਹਨੂੰ ਵੋਟ ਪਾਉਣ ਜਾ ਰਿਹਾ ਤੇ ਕਿਹਨੂੰ ਨਹੀਂ ਪਾਉਣ ਜਾ ਰਿਹਾ ਮੇਰੇ ਮੇਰੇ ਜਿਹੜੇ ਖਿਆਲਤ ਨੇ ਉਹ ਇਸ ਪਾਰਟੀ ਨਾਲ ਜੁੜੇ ਹੋਏ ਨੇ ਜਾਂ ਦੂਜੀ ਪਾਰਟੀ ਨਾਲ ਜੁੜੇ ਹੋਏ ਨੇ ਇਹੋ ਜਿਹਾ ਮਾਹੌਲ ਹੀ ਇਹ ਜਿਹੜੀਆਂ ਲੋਕਲ ਬਾਡੀ ਚੋਣਾਂ ਨੇ ਪੰਚਾਇਤੀਆਂ ਚੋਣਾਂ ਇਹਨਾਂ ਨੂੰ ਕਹਿ ਸਕਦੇ ਆ ਪਰ ਛੋਟੇ ਸ਼ਹਿਰਾਂ ਚ ਨੇ ਨਗਰ ਨਿਕਮ ਨਗਰ ਪੰਚਾਇਤ ਤੇ ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਸ ਨੇ 13 ਤਰੀਕ ਆ ਜਿੱਤੇ 14 ਤਰੀਕ ਨੂੰ ਇਲੈਕਸ਼ਨਸ ਨੇ ਜਦੋਂ ਤੁਸੀਂ ਗੱਲ ਗੱਲ ਕੀਤੀ 14 ਤਰੀਕ ਦੀ ਮੈਂ ਤਾਂ ਕਿਹਾ ਤੁਸੀਂ ਕੋਈ ਵੈਲੈਂਟਾਈਨ ਡੇ ਦੀ ਗੱਲ ਕਰਨੀ ਆ ਪਰ ਗੱਲ ਇਲੈਕਸ਼ਨਸ ਤੇ ਆ ਗਈ ਆ ਬਿਲਕੁਲ ਤੇ ਪੰਜਾਬ ਦੇ ਵਿੱਚ ਅਸੀਂ ਜਦੋਂ ਦੇਖਦੇ ਆ ਇਹਨਾਂ ਚੋਣਾਂ ਦੇ ਉੱਤੇ ਖੇਤੀ ਵਾਲੇ ਕਾਨੂੰਨਾਂ ਦਾ ਤੇ ਬਹੁਤ ਦਿਨ ਪਹਿਲਾਂ ਕੁਝ ਬੀਜੇਪੀ ਦੇ ਲੋਕਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਅਸੀਂ ਤੇ ਸਾਡੇ ਤੇ ਕੈਂਡੀਡੇਟ ਅੱਗੇ ਨਾਲੋਂ ਬਹੁਤ ਵਧੇ ਨੇ ਜੀ ਨੰਬਰਸ ਦੀ ਜੇ ਗੱਲ ਕਰੀਏ ਪਰ ਜਦੋਂ ਅਸੀਂ ਉਹਨਾਂ ਦਾ ਸਟੈਟਿਸਟਿਕਸ ਦੇਖਿਆ ਤੇ ਉਹ ਦੂਜੇ ਤਰੀਕੇ ਦੀ ਗੱਲ ਕਰ ਰਹੇ ਸੀ ਕਿ ਪਹਿਲਾਂ ਉਹ ਅਕਾਲੀ ਦਲ ਨਾਲ ਰਲ ਕੇ ਲੜਦੇ ਸੀ ਤੇ ਕੁਝ ਗਿਣਤੀ ਦੇ ਨੰਬਰ ਆਫ ਕੈਂਡੀਡੇਟਸ ਉਹਨਾਂ ਦੇ ਹਿੱਸੇ ਆਉਂਦੇ ਸੀ ਜੀ ਹੁਣ ਸਰ ਕੋ ਹੁਣ ਉਹ ਸਾਰਿਆਂ ਲੜ ਰਹੇ ਨੇ ਤੇ ਹੁਣ ਉਹਨਾਂ ਦਾ ਕਹਿਣਾ ਸੱਚ ਆ ਕਿ ਹੁਣ ਉਹਨਾਂ ਦੇ ਕੈਂਡੀਡੇਟ ਅੱਗੇ ਨਾਲੋਂ ਵਧੇ ਨੇ ਜੀ ਪਰ ਅਸੀਂ ਬੀਤੇ ਦਿਨੀ ਥੋੜੀਆਂ ਥੋੜੀਆਂ ਖਬਰਾਂ ਇਹ ਵੀ ਸੁਣੀਆਂ ਕਿ ਬਹੁਤ ਸਾਰੇ ਲੋਕਾਂ ਨੂੰ ਵਿਰੋ ਕੁਝ ਲੋਕਾਂ ਨੇ ਆਪਣੀ ਕੈਂਡੀਡੇਟ ਵਾਲੀ ਟਿਕਟ ਮਿਲੀ ਹੋਈ ਛੱਡ ਕੇ ਵੀ ਪਾਰਟੀ ਨੂੰ ਅਲਵਦਾ ਕਿਹਾ ਬੀਤੇ ਦਿਨੀ ਪੰਜਾਬ ਦੇ ਕਾਫੀ ਸ਼ਹਿਰਾਂ 'ਚ ਖਬਰਾਂ ਮਿਲੀਆਂ ਬਨੂੜ ਤੋਂ ਵੀ ਕੋਈ ਇਹੋ ਜਿਹੀ ਖਬਰ ਸੀ ਟਾਂਡਾ ਹੁਸ਼ਿਆਰਪੁਰ 'ਚ ਆ ਉਥੋਂ ਵੀ ਕੁਝ ਖਬਰ ਸੀ ਇੱਕ ਦੋ ਕਾ ਖਬਰਾਂ ਹੋਰ ਜਗ੍ਹਾ ਤੋਂ ਵੀ ਇਹੋ ਜਿਹੀਆਂ ਆਈਆਂ ਕਿ ਜਿੱਥੇ ਲੋਕਾਂ ਨੇ ਵਿਰੋਧ ਨੂੰ ਦੇਖਦੇ ਹੋਏ ਜਾਂ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਜਾਂ ਕੁਝ ਲੋਕ ਜੁੜੇ ਹੋਏ ਉਹਨਾਂ ਨੇ ਕਿਸੇ ਨੇ ਜਾ ਕੇ ਕਿਸੇ ਨੂੰ ਦਰਖਾਸਤ ਕੀਤੀ ਹੋਣੀ ਆ ਸਮਝਾਇਆ ਹੋਣਾ ਕਿ ਤੁਸੀਂ ਆਪਣੇ ਲੋਕਾਂ ਨਾਲ ਖੜੋ ਤੇ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜੀ ਤੇ ਇਸ ਤੋਂ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਕਿ ਇਹਨਾਂ ਇਲੈਕਸ਼ਨਸ ਦੇ ਉੱਤੇ ਪਾਰਟੀਆਂ ਤਾਂ ਭਾਰੂ ਹੁੰਦੀਆਂ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜੀਆਂ ਜਾਂਦੀਆਂ ਜੀ ਪਰ ਕਿਤੇ ਨਾ ਕਿਤੇ ਉਸ ਬੰਦੇ ਨੇ ਕਿਉਂਕਿ ਉਸ ਵਾਰਡ 'ਚ ਇਲੈਕਸ਼ਨ ਲੜਨੀ ਹੁੰਦੀ ਹੈ ਤੇ ਵਾਰਡ ਜਿਹੜਾ ਆ ਆਮ ਤੌਰ 'ਤੇ ਇੱਕ ਪਿੰਡ ਵਰਗਾ ਹੀ ਹੁੰਦਾ ਤੇ ਉੱਥੇ ਉਹਦਾ ਪਰਸਨਲ ਅਸਰ ਉਹ ਰਸੂਖ ਜਿਹੜਾ ਆ ਉਹਦਾ ਨਿੱਜੀ ਵਰਤਾਰਾ ਵਿਵਹਾਰ ਉਹਨਾਂ ਚੀਜ਼ਾਂ ਦੇ ਉੱਤੇ ਉਹਦਾ ਜ਼ਰੂਰਦਾਰ ਉਮੀਦਵਾਰ ਜ਼ਿਆਦਾ ਟਿਕਿਆ ਹੁੰਦਾ ਇਹੋ ਹੀ ਕਾਰਨ ਆ ਕਿ ਬਹੁਤ ਸਾਰੇ ਲੋਕਾਂ ਨੇ ਭਾਵੇਂ ਉਹ ਕਿਸੇ ਬਖਰੀ ਪਾਰਟੀ ਨਾਲ ਜੁੜੇ ਹੋਏ ਸੀ ਪਰ ਉਹਨਾਂ ਨੇ ਆਜ਼ਾਦ ਚੋਣਾ ਲੜਨ ਦਾ ਫੈਸਲਾ ਕੀਤਾ ਜੀ ਪਹਿਲਾਂ ਵੀ ਇਦਾਂ ਕਈ ਵਾਰ ਹੁੰਦਾ ਰਿਆ ਕਿ ਜੇ ਪਾਰਟੀ ਤੋਂ ਟਿਕਟ ਨਹੀਂ ਮਿਲਦੀ ਤੇ ਲੋਕ ਆਜ਼ਾਦ ਚੋਣ ਲੜਦੇ ਨੇ ਪਰ ਗੱਲ ਇਹ ਆ ਕਿ ਆਜ਼ਾਦ ਤੁਸੀਂ ਚੋਣ ਲੜ ਲੇ ਤੁਸੀਂ ਜਿੱਤ ਲਈ ਮੁੜ ਕੇ ਜਦੋਂ ਹਾਊਸ ਵਿੱਚ ਜਾਣਾ ਆ ਤੇ ਮੇਅਰ ਜਦੋਂ ਚੁਣਨਾ ਆ ਫਿਰ ਤੁਹਾਨੂੰ ਇੱਕ ਪਾਸੇ ਤੇ ਗੱਲ ਕਰਨੀ ਪਈ ਫਿਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹਦੇ ਵਿੱਚ ਮੈਨੂੰ ਲੱਗਦਾ ਆ ਕਿ ਖਰੀਦੋ ਫਰੋਕਤ ਨੂੰ ਵੀ ਵਧਾਵਾ ਮਿਲੂਗਾ ਕਿਤੇ ਨਾ ਕਿਤੇ ਤੇ ਜੇ ਅਸੀਂ ਲੋਕਲ ਬਾਡੀ ਇਲੈਕਸ਼ਨ ਦੀ ਗੱਲ ਕਰਦੇ ਆ ਪਰਮਿੰਦਰ ਜੀ ਤੇ ਤੁਹਾਨੂੰ ਪਤਾ ਹੋਣਾ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਇਲੈਕਸ਼ਨ ਦੀ ਮੈਂ ਇੱਧਰ ਹੀ ਆਉਣ ਲੱਗੀ ਸੀ ਮੈਂ ਕਿ ਪੰਜਾਬ ਦੀ ਗੱਲ ਮੁਕਾ ਲਓ ਤੁਸੀਂ ਫਿਰ ਗੁਜਰਾਤ ਦੀ ਤੇ ਲੋਕਲ ਬਾਡੀਜ਼ ਦੀ ਅਨਾਉਂਸਮੈਂਟ ਉੱਥੇ ਵੀ ਹੋ ਗਈ ਹੈ ਤੇ ਅਸੀਂ ਬੀਤੇ ਸਮੇਂ 'ਚ ਦੇਖਿਆ ਸੀਗਾ ਕਿ ਪਿੱਛੇ ਜੇ ਰਾਜਸਥਾਨ ਦੇ ਵਿੱਚ ਪੰਚਾਇਤ ਚੋਣਾਂ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਕਿਸੇ ਪੜ੍ਹਾਈ ਲਿਖਾਈ ਦੀ ਇੱਕ ਮਦ ਨੂੰ ਸ਼ਾਮਲ ਕਰ ਲਿਆ ਜਾਵੇ ਕਿ 10ਵੀਂ ਪਾਸ ਤੋਂ ਘੱਟ ਬੰਦਾ ਪੰਚਾਇਤ ਇਲੈਕਸ਼ਨ 'ਨਾਂ ਲੜੇ। ਸ਼ਾਇਦ ਉੱਥੇ ਇਦਾਂ ਲਾਗੂ ਵੀ ਹੋ ਗਿਆ ਸੀ ਸਾਡੇ ਤੇ ਨਹੀਂ ਲਾਗੂ ਹੋ ਪਾਇਆ ਸੀ। ਹੂੰ। ਗੁਜਰਾਤ ਭਾਜਪਾ ਦੇ ਵਿੱਚ ਇਹ ਖਬਰ ਸੁਣਨ ਨੂੰ ਆਈ ਹੈ ਕਿ ਉਹਨਾਂ ਨੇ 60 ਸਾਲ ਤੋਂ ਵੱਡੀ ਉਮਰ ਦੇ ਬੰਦਿਆਂ ਦੇ ਉੱਤੇ ਚੋਣ ਲੜਨ ਤੋਂ ਪਾਬੰਦੀ ਲਾਉਣ ਦੀ ਗੱਲ ਕੀਤੀ ਹੈ। ਜੀ। ਹੋ ਸਕਦਾ ਇਹ ਗੱਲ ਸਾਹਮਣੇ ਆ ਜਾਵੇ ਕੱਲ ਨੂੰ ਉਹ ਇਸ ਗੱਲ ਨੂੰ ਮੰਨ ਲੈਣ ਹੋ ਜਾਏ ਤੇ ਚੰਗੀ ਗੱਲ ਆ ਚੋਣਾਂ ਦੇ ਵਿੱਚ ਜਦੋਂ ਕੁਝ ਜੇ ਕੁਝ ਸੁਧਾਰ ਹੁੰਦੇ ਨੇ ਭਾਵੇਂ ਲੋਕਲ ਬਾਡੀ ਤੋਂ ਸ਼ੁਰੂ ਹੋਣ ਜੇ ਚਿੰਗਾਰੀ ਲੱਗੂਗੀ ਤੇ ਸ਼ਾਇਦ ਉਹ ਅੱਗ ਬਣ ਜਾਏ ਕੱਲ ਤੇ ਸਾਡੇ ਵੀ ਐਮਐਲਏਜ਼ ਜਾਂ ਐਮਪੀ ਤੱਕ ਵੀ ਇਹ ਗੱਲ ਬਣ ਜਾਏ ਕਿ ਕੋਈ ਸਿੱਖਿਆ ਦੀ ਮੱਦ ਰੱਖ ਦਿੱਤੀ ਜਾਵੇ ਤੇ ਜਾਂ ਐਜੂਕੇਸ਼ਨ ਸੌਰੀ ਉਮਰ ਦੀ ਮੱਦ ਜੇ ਫਿਕਸ ਕਰ ਦਿੱਤੀ ਜਾਵੇ ਕਿ ਇਸ ਤੋਂ ਵੱਡੇ ਉਮਰ ਦੇ ਲੋਕ ਚੋਣ ਨਹੀਂ ਲੜਨਗੇ ਮਤਲਬ ਨੌਜਵਾਨਾਂ ਨੂੰ ਮੌਕਾ ਮਿਲੇ ਨਵੀਂ ਸੋਚ ਨਵਾਂ ਸਭ ਕੁਝ ਹੋਏ ਮੈਂ ਇਹਨੂੰ ਇਦਾਂ ਕਹਿ ਦਿੰਦਾ ਕਿ ਫਿਰ ਜਿਹੜੀ ਤੁਹਾਡੀ ਲਾਲਸਾ ਆ ਬਾਰ-ਬਾਰ ਲੜਨ ਦੀ 10 ਵਾਰ ਲੜਨ ਦੀ 11 ਵਾਰ ਲੜਨ ਦੀ ਉਹ ਜੇ ਤੁਸੀਂ ਇੱਕ ਸਰਕਾਰੀ ਮੁਲਾਜ਼ਮ ਭਰਤੀ ਕਰਦੇ ਹੋ ਉਹਨੂੰ 58 ਸਾਲ ਤੇ ਰਿਟਾਇਰ ਕਰ ਦਿੰਦੇ ਨੇ ਜੀ 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 ਤੇ ਤੁਹਾਡਾ ਜਿਹੜਾ ਸੋਚ ਕਿਤੇ ਨਾ ਕਿਤੇ ਹੋਊਗੀ ਨਾ ਕਿ 58 ਸਾਲ ਤੋਂ ਬਾਅਦ ਬੰਦੇ ਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਘਟ ਜਾਂਦੀ ਹੈ ਤੇ ਇਹਨੂੰ ਹੁਣ ਰਿਟਾਇਰ ਕਰਤਾ ਜਾਵੇ ਮੈਂ ਨਹੀਂ ਕਹਿੰਦਾ ਕਿ 60 ਹੀ ਕਰ ਦਿਓ ਜਾਂ 58 ਹੀ ਕਰ ਦਿਓ ਪਰ ਜੇ ਇੱਕ ਸਰਕਾਰੀ ਮੁਲਾਜ਼ਮ ਰਿਟਾਇਰ ਹੁੰਦਾ ਤੇ ਇੱਕ ਲੀਡਰ ਦੀ ਵੀ ਕੋਈ ਰਿਟਾਇਰਮੈਂਟ ਦੀ ਐਜ ਹੋਣੀ ਚਾਹੀਦੀ ਬਿਲਕੁਲ ਠੀਕ ਪਾਰਟੀਆਂ ਦੇ ਵਿੱਚ ਪਿੱਛੇ ਥਿੰਕ ਟੈਂਕ ਬਣ ਜਾਣ ਉਹ ਬੈਠ ਕੇ ਸਲਾਹਾਂ ਦੇਈ ਜਾਣ ਪਰ ਕੰਮ ਕਰਨ ਵਾਲੇ ਬੰਦਿਆਂ ਨੂੰ ਨਵੇਂ ਨੂੰ ਮੌਕਾ ਮਿਲੇ ਅਸੀਂ ਬੀਤੇ ਸਮੇਂ 'ਚ ਦੇਖਦੇ ਰਹੇ ਹਾਂ ਸਾਡੇ ਮਨਿਸਟਰ ਜਾਂ ਸਾਡੇ ਵੱਡੇ ਅਹੁਦੇਦਾਰ ਲੋਕ ਹੁੰਦੇ ਸੀ ਜਿਨ੍ਹਾਂ ਨੂੰ ਫੜ ਕੇ ਤੁਰਨ ਲਈ ਵੀ ਬੰਦੇ ਦੋ ਚਾਹੀਦੇ ਹੁੰਦੇ ਸੀ ਤੇ ਉਹੋ ਜਿਹੇ ਲੋਕਾਂ ਨੂੰ ਫਿਰ ਵਿਧਾਨਪਾਲਿਕਾ ਦੇ ਵਿੱਚ ਜਾਂ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਵਿੱਚ ਨਾ ਬੈਠਣ ਤੇ ਜ਼ਿਆਦਾ ਚੰਗੀ ਗੱਲ ਹੈ ਜੀ ਗੁਜਰਾਤ ਦੀ ਇੱਕ ਹੋਰ ਬੜੀ ਖਬਰ ਸਾਹਮਣੇ ਸਾਹਮਣੇ ਆਈ ਜੀ ਗੁਜਰਾਤ ਦੇ ਇੱਕ ਐਮਐਲਏ ਨੇ ਉਹਨਾਂ ਨੇ ਆਪਣੇ ਬੇਟੇ ਲਈ ਟਿਕਟ ਦੀ ਮੰਗ ਕੀਤੀ ਅੱਛਾ ਜੀ ਤਾਕਤ ਦੀ ਵਰਤੋਂ ਦੀ ਗੱਲ ਆ ਤੇ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਨੇ ਆਜ਼ਾਦ ਪਰਚਾ ਭਰਨ ਦੀ ਗੱਲ ਕੀਤੀ ਤੇ ਜਦੋਂ ਉਹਨਾਂ ਦਾ ਪਰਚਾ ਖਾਰਜ ਹੋਣ ਤੇ ਆ ਗਿਆ ਜੀ ਤੇ ਫਿਰ ਉਹਨਾਂ ਨੇ ਉੱਥੇ ਜਾ ਕੇ ਮਾਰਕਟਾਈ ਕੀਤੀ ਅੱਛਾ ਜੀ ਜੀ ਹੂੰ ਹੂੰ ਸੋ ਤਾਕਤ ਦੀ ਜਿਹੜੀ ਵਰਤੋਂ ਆ ਉਹ ਕਿਤੇ ਨਾ ਕਿਤੇ ਇੱਥੇ ਵੀ ਹੋ ਰਹੀ ਆ ਅਪਰ ਚੰਗੀ ਗੱਲ ਉੱਥੇ ਇਹ ਸੀ ਗੁਜਰਾਤ ਦੇ ਵਿੱਚ ਕਿ ਜਿਹੜੀ ਉਮਰ ਦੀ ਸੀਮਾ ਹੈ ਉਹ ਤੈਅ ਕੀਤੇ ਜਾਣ ਦੀ ਗੱਲ ਹੋ ਰਹੀ ਜੀ ਤੇ ਅਮਰਜੀਤ ਤੁਸੀਂ ਗੁਜਰਾਤੀ ਗੱਲ ਛੇੜੀ ਹੈ ਨਾ ਤੇ ਗੁਜਰਾਤ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਿਵਾਰ ਵੀ ਹੈ ਤੇ ਉਸ ਪਰਿਵਾਰ ਦੇ ਵਿੱਚ ਵੀ ਇੱਕ ਉਹਨਾਂ ਦੀ ਭਤੀਜੀ ਕਹਿੰਦੇ ਐ ਵੀ ਉਹਨੇ ਵੀ ਟਿਕਟ ਮੰਗੀ ਸੀ ਪਰ ਉਹਨੂੰ ਦਿੱਤੀ ਨਹੀਂ ਕਿਉਂਕਿ ਰਿਸ਼ਤੇਦਾਰਾਂ ਨੂੰ ਟਿਕਟ ਨਹੀਂ ਦੇਣੀ ਇਹ ਸਭ ਕੁਝ ਤਾਂ ਚੱਲਦਾ ਹੀ ਰਹਿਣਾ ਤੇ ਆਪਾਂ ਇਸ ਪ੍ਰੋਗਰਾਮ ਵਿੱਚ ਵੀ ਅੱਗੇ ਚੱਲਾਂਗੇ ਪ੍ਰੈਸ ਬਲੇ ਲੈਣੇ ਆ ਬ੍ਰੇਕ ਵਿਚਾਰ ਚਰਚਾ ਪ੍ਰੋਗਰਾਮ ਚ ਬ੍ਰੇਕ ਤੋਂ ਬਾਅਦ ਫੇਰ ਤੋਂ ਸਵਾਗਤ ਕਰਦੇ ਹਾਂ ਤੇ ਅਮਰਿਤ ਜੀ ਆਪਾਂ ਵਿਚਾਰ ਚਰਚਾ ਦੇ ਆਖਰੀ ਹਿੱਸੇ 'ਚ ਆ ਗਏ ਹਾਂ ਪੂਰੀ ਦੁਨੀਆ 'ਚ ਰੌਲਾ ਪਿਆ ਦੋ ਬੰਦਿਆਂ ਦਾ ਜੀ ਅਡਾਨੀ ਤੇ ਅੰਬਾਨੀ ਆਪਾਂ ਉਹਦੇ ਬਾਰੇ ਗੱਲ ਹੀ ਨਹੀਂ ਕੀਤੀ ਅਡਾਨੀ ਦੇ ਅੰਬਾਨੀ ਰੋਲਾ ਤੇ ਗੱਲ ਹਮ ਦੋ ਹਮਾਰੇ ਦੋ ਨਵਾਂ ਹੀ ਪੈ ਗਿਆ ਸੀ ਜੀ 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 ਬਿਲਕੁਲ ਆਪੋ ਉਸ ਮੁੱਦੇ ਵੱਲ ਆਨੇ ਮੁੱਦਾ ਜਿਹੜਾ ਗੁਜਰਾਤ ਦੇ ਇੱਕ ਆਈਐਸ ਅਫਸਰ ਦੇ ਜਿਹੜਾ ਸਲਾਹਕਾਰ ਹੈ ਉਹਦੇ ਨਾਲ ਜੁੜਿਆ ਜੀ ਉਹ ਪਲਾਕੀ ਕਹਾਣੀ ਹੈ ਗੁਜਰਾਤ ਦੇ ਨਹੀਂ ਗੁਜਰਾਤ ਕੈਡਰ ਦੇ ਪੁਰਾਣੇ ਆਈਐਸ ਅਫਸਰ ਨੇ ਐਕਸ ਆਈਐਸ ਜਿਹਨਾਂ ਨੂੰ ਕਹਦੇ ਨੇ ਜਯੰਤ ਪੇਰਮਲ ਉਹ ਸਲਾਹਕਾਰ ਨੇ ਅਡਾਨੀ ਦੇ ਜੀ ਗੌਤਮ ਅਡਾਨੀ ਦੇ ਤੇ ਅਸੀਂ ਇਸ ਗੱਲ ਨੂੰ ਜਾਣਦੇ ਆ ਸਮਝਦੇ ਆ ਕਿ ਗੌਤਮ ਅਡਾਨੀ ਦਾ ਜਿਹੜਾ ਉਹ ਥਾਨ ਹੋਇਆ ਜਿਹੜਾ ਉਹਨਾਂ ਦਾ ਪ੍ਰਭਾਵ ਵਧਿਆ ਜਿਹੜਾ ਉਹਨਾਂ ਦਾ ਵਿਸਤਾਰ ਹੋਇਆ ਉਹ ਪਿਛਲੇ 10-15 ਸਾਲਾਂ 'ਚ ਹੀ ਹੋਇਆ। ਅੱਛਾ ਜੀ। ਇਤੋਂ ਜ਼ਿਆਦਾ ਪੁਰਾਣਾ ਗਰੁੱਪ ਤੇ ਖੈਰ ਪੁਰਾਣਾ ਹੋਊਗਾ ਪਰ ਉਹਨਾਂ ਦਾ ਜਿਹੜਾ ਵਿਸਤਾਰ ਹੈ ਜਿਹੜਾ ਵੱਡਾ ਵਪਾਰ ਜਿਹੜਾ ਉਹਨਾਂ ਦਾ ਵਧਿਆ ਆ ਉਹ ਇੰਨੇ ਟਾਈਮ 'ਚ ਵਧਿਆ। ਪਿਛਲੇ ਕੁਝ ਸਮੇਂ 'ਚ ਹੀ ਉਹ ਵੱਡੇ ਉਦਯੋਗਪਤੀ ਦੇ ਰੂਪ 'ਚ ਸਾਹਮਣੇ ਆਏ। ਹਮਮ ਤੇ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਇਹਨਾਂ ਦਾ ਜ਼ਿਆਦਾ ਵਿਸਤਾਰ ਉਹਨਾਂ ਦੇ ਟਾਈਮ 'ਚ ਹੀ ਹੋਇਆ। ਅੱਛਾ। ਤੇ ਉਹ ਪੂਰਵ ਆਈਐਸ ਅਫਸਰ ਨੇ ਗੁਜਰਾਤ ਕੈਡਰ ਤੁਸੀਂ ਜਾਣਦੇ ਆ ਕਿ ਸਾਡੇ ਹਿੰਦੁਸਤਾਨ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਅਸੀਂ ਇਹ ਕਹਿੰਨੇ ਆਂ ਕਿ ਸਾਡੇ ਮੁਲਕ ਨੂੰ ਨੌਕਰਸ਼ਾਹੀ ਚਲਾਉਂਦੇ ਨੇ ਜੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਘਟਾਲੇ ਬਹੁਤ ਸਾਰੀਆਂ ਹੋਰ ਸੂਚੀਆਂ ਨਿਯੋਜਨਾਵਾਂ ਨੀਤੀਆਂ ਕਿੱਥੇ ਪੂ ਲਿਆ ਕਿੱਥੇ ਲੂ ਪਿਆ ਕਿੱਧਰੋਂ ਜਾਣਾ ਤੇ ਕਿੱਧਰ ਨੂੰ ਜਾਣਾ ਉਹ ਇਹ ਜਿਹੜੇ ਨੌਕਰਸ਼ਾਹ ਨੇ ਪੁਰਵ ਨੌਕਰਸ਼ਾਹ ਨੇ ਆਈਐਸ ਅਫਸਰ ਨੇ ਇਹਨਾਂ ਚੀਜ਼ਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਜੀ ਤੇ ਇਹਦੇ ਨਾਲ ਜੁੜੀ ਇੱਕ ਹੋਰ ਖਬਰ ਪਰਮਿੰਦਰ ਜੀ ਉਹ ਇਹ ਆ ਕਿ ਜਦੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਸੀ ਗੁਜਰਾਤ ਦੇ ਤੇ ਉਹਨਾਂ ਦੇ ਟਾਈਮ 'ਚ 11 12 ਦੇ ਕਰੀਬ ਸੀਨੀਅਰ ਆਈਐਸ ਲੋਕਾਂ ਨੇ ਆਪਣੀ ਨੌਕਰੀ ਛੱਡੀ ਸੀ ਅੱਛਾ ਜੀ ਰਿਟਾਇਰਮੈਂਟ ਲਈ ਸੀ ਵਲੰਟਰੀ ਹਮਮ ਤੇ ਹੈਰਾਨੀ ਦੀ ਗੱਲ ਇਸ ਤੋਂ ਵੀ ਜ਼ਿਆਦਾ ਇਹ ਹੈ ਕਿ ਉਹਨਾਂ ਦੇ ਵਿੱਚੋਂ ਬਹੁਤੇ ਹਮਮ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ 'ਚ ਹੀ ਗਏ ਜੀ ਹੁਣ ਉਹਦੇ ਦੋ ਕਾਰਨ ਹੋ ਸਕਦੇ ਨੇ ਜੀ ਜੋ ਮੈਨੂੰ ਸਮਝ ਆਉਂਦੀ ਹੈ ਇੱਕ ਤਾਂ ਇਹ ਹੋ ਸਕਦਾ ਕਿ ਉਹਨਾਂ ਨੂੰ ਸਰਕਾਰ ਦਾ ਕੰਮ ਕਰ ਪਸੰਦ ਨਾ ਹੋਵੇ ਹਮਮ ਕਿ ਸਰਕਾਰ ਉਹਨਾਂ ਤੋਂ ਜ਼ਿਆਦਾ ਕੰਮ ਕਰਾਉਂਦੀ ਹੋਵੇ ਜਾਂ ਉਹਨਾਂ ਦੀਆਂ ਕੁਝ ਯੋਜਨਾਵਾਂ ਦੇ ਉਲਟ ਕੰਮ ਕਰਾਉਂਦੀ ਹੋਵੇ ਜਾਂ ਕੁਝ ਗਲਤ ਕੰਮ ਕਰਾਉਂਦੀ ਹੋਵੇ ਕੁਝ ਵੀ ਹੋ ਸਕਦਾ ਇਸ ਕਰਕੇ ਉਹਨਾਂ ਨੇ ਨੌਕਰੀ ਛੱਡੀ ਹੋਵੇ ਤੇ ਜਾਂ ਦੂਜਾ ਇਹ ਹੋ ਸਕਦਾ ਕਿ ਸਰਕਾਰ ਨੇ ਉਹਨਾਂ ਨੂੰ ਕਿਹਾ ਹੋਵੇ ਛੱਡ ਜੋ ਵੀ ਕਿ ਤੁਸੀਂ ਇੱਥੋਂ ਛੱਡੋ ਤੇ ਫਲਾਨੀ ਫਲਾਨੀ ਜਗ੍ਹਾ ਤੇ ਜਾਓ ਤੇ ਉੱਥੇ ਤੁਹਾਡੀ ਜ਼ਿਆਦਾ ਲੋੜਿਆ ਇਸ ਘਟਨਾ ਨੂੰ ਮੈਂ ਇੱਕ ਹੋਰ ਘਟਨਾ ਨਾਲ ਜੋੜ ਕੇ ਦੱਸਦਾ ਇੱਕ ਗੁਜਰਾ ਯੂਪੀ ਕੈਡਰ ਦੇ ਇੱਕ ਸੀਨੀਅਰ ਆਈਪੀਐਸ ਅਫਸਰ ਸੀ ਜੀ ਉਹਨਾਂ ਨੇ ਯੂਪੀ ਦੇ ਵਿੱਚ ਬਹੁਤ ਸਾਰੇ ਚੰਗੇ ਕੰਮਾਂ ਨੂੰ ਇੰਜਾਮ ਦੇਣ ਦੀ ਕੋਸ਼ਿਸ਼ ਚ ਰਹਿੰਦੇ ਸੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਤੇ ਕ੍ਰਾਈਮ ਦੇ ਖਿਲਾਫ ਉਹ ਐਸਐਸਪੀ ਵੀ ਰਹੇ ਆ ਡੀਆਈਜੀ ਵੀ ਰਹੇ ਹੋ ਜੀ ਉਹਨਾਂ ਦਾ ਤਕਰਾਰ ਅਕਸਰ ਹੁੰਦਾ ਰਿਹਾ ਉਹ ਇਸ ਗੱਲ ਲਈ ਵੀ ਮਸ਼ਹੂਰ ਸੀ ਕਿ ਉਹਨਾਂ ਨੇ ਯੋਗੀ ਨੂੰ ਗ੍ਰਿਫਤਾਰ ਕਰ ਲਿਆ ਸੀ ਐਮਪੀ ਹੁੰਦਿਆਂ ਹੁੰਦਿਆਂ ਜੀ ਜੀ ਤੇ ਉਸਤੇ ਬਾਵਜੂਦ ਉਹਨਾਂ ਨੇ ਇੱਕ ਵਾਰੀ ਮਾਇਆਵਤੀ ਦੀ ਗਵਰਨਮੈਂਟ ਦੇ ਵਿੱਚ ਵੀ ਕਿਸੇ ਐਮਐਲਏ ਨੂੰ ਇੱਕ ਵਾਰੀ ਗ੍ਰਿਫਤਾਰ ਕਰ ਲਿਆ ਸੀ ਫਿਰ ਉਹਨਾਂ ਨੂੰ ਜੇਲ ਅਧਿਕਸ਼ਕ ਲਾ ਦਿੱਤਾ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਬਹੁਤ ਸਾਰੇ ਵੱਡੇ ਕੱਪੜੇ ਫੜ ਲਏ ਸੀ ਜੀ ਤੇ ਉਹਨਾਂ ਦੇ ਬਾਰੇ ਚ ਇਹ ਗੱਲ ਮਸ਼ਹੂਰ ਸੀ ਕਿ ਉਹਨਾਂ ਨੂੰ ਮਲਾਮ ਸਿੰਘ ਯਾਦਵ ਨੇ ਸਲਾਹ ਦਿੱਤੀ ਸੀ ਕਿ ਸਾਨੂੰ ਇੰਨੇ ਇਮਾਨਦਾਰ ਤੇ ਇੰਨੇ ਚੰਗੇ ਅਫਸਰਾਂ ਦੀ ਲੋੜ ਸਰਕਾਰ ਚ ਨਹੀਂ ਹੈਗੀ ਤੇ ਤੁਸੀਂ ਪ੍ਰਾਈਵੇਟ ਕਾਰਪੋਰੇਟ ਚ ਚਲੇ ਜਾਓ ਤੇ ਉਹਨਾਂ ਨੇ ਸਲਾਹ ਵੀ ਦਿੱਤੀ ਸੀ ਕਿ ਸਾਡਾ ਹੀ ਆ ਸਹਾਰਾ ਜਿਹੜਾ ਫਰਮ ਆ ਉਹ ਸਾਡੀ ਹੋਈ ਜਾ ਤੁਸੀਂ ਉੱਥੇ ਚਲੇ ਜਾਓ ਉੱਥੇ ਤੁਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰੋ ਹੂੰ ਹੂੰ ਸੋ ਹੁਣ ਗੱਲ ਉੱਥੇ ਅਸੀਂ ਵਾਪਸ ਆਪਣੇ ਮੁੱਦੇ ਤੇ ਆਈਏ ਕਿ ਕਿਉਂ ਆਈਐਸ ਅਫਸਰ ਸਰਕਾਰ ਛੱਡ ਕੇ ਜਾਂਦੇ ਨੇ ਹੂੰ ਹੂੰ ਕਿਉਂ ਉਹ ਕਾਰਪੋਰੇਟ ਚ ਜਾਂਦੇ ਨੇ ਜੀ ਕਿਉਂ ਉੱਥੇ ਉਹ ਵੱਡੀਆਂ ਤਨਖਾਹਾਂ ਲੈਂਦੇ ਨੇ ਤੇ ਉਹਨਾਂ ਜਿੱਥੇ ਉਹ ਜਾਂਦੇ ਨੇ ਉੱਥੇ ਉਹਨਾਂ ਦਾ ਬਿਜ਼ਨਸ ਕਿਉਂ ਫਲਰਿਸ਼ ਕਰਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹਿੰਦੁਸਤਾਨ ਦੇ ਤੰਤਰ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਕਿ ਇੱਥੇ ਕੀ ਕੁਝ ਹੁੰਦਾ ਤੇ ਕਿਉਂ ਹੁੰਦਾ ਜੀ ਤੇ ਇਹ ਸਾਰਾ ਤੁਸੀਂ ਰਾਜ ਦਾ ਖੋਲ ਦਿੱਤਾ ਤੇ ਆਪਣੀ ਪੰਜਾਬ ਵੱਲ ਤੇ ਤੁਸੀਂ ਝਾਤ ਨਹੀਂ ਮਾਰੀ ਲਿਓ ਜੀ ਪੰਜਾਬ ਵੱਲ ਝਾਤ ਮਾਰਦੇ ਨੇ ਜੀ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਦੇ ਆ ਇਹ ਏਡੀ ਵੱਡੀ ਬਕਾਰੀ ਯੂਨੀਵਰਸਿਟੀ ਹੈ ਤੇ ਉੱਥੋਂ ਦੇ ਸਟਾਫ ਨੂੰ ਵੀ ਤਨਖਾਹ ਦੇ ਲਾਲੇ ਪਏ ਨਹੀਂ ਲੱਗਦਾ ਮੰੰਦਰ ਜੀ ਇਸ ਖਬਰ ਨੇ ਇਸ ਇੱਕ ਖਬਰ ਨੇ ਮੈਨੂੰ ਸੱਚੀਓਂ ਨਰਾਸ਼ ਕੀਤਾ। ਹੂੰ ਹੂੰ ਬੀਤੇ ਦਿਨੀ ਮੈਂ ਅਖਬਾਰ ਦੇ ਵਿੱਚ ਇਹ ਖਬਰ ਪੜ੍ਹੀ ਸੀ। ਫਿਰ ਜਦੋਂ ਇਹਦੀ ਬਾਰੇ ਆਲੇ-ਦੁਆਲੇੋਂ ਕੁਝ ਹੋਰ ਜਾਣਨ ਦਾ ਕੋਸ਼ਿਸ਼ ਕੀਤੀ ਤੇ ਬਹੁਤ ਖਤਰਨਾਕ ਜਾਂ ਬਹੁਤ ਦੁਖਦਾਈ ਘਟਨਾ ਆ ਕਿ ਜਦੋਂ ਅਸੀਂ ਪੜ੍ਹਦੇ ਸੀ ਸਕੂਲ ਜਾਂ ਕਾਲਜ ਜਦੋਂ ਅਸੀਂ ਜਦੋਂ ਪੜ੍ਹਦੇ ਸੀ ਤੇ ਉਦੋਂ ਸਾਨੂੰ ਦੱਸਿਆ ਜਾਂਦਾ ਸੀ ਕਿ ਪੰਜਾਬ ਵਿੱਚ ਯੂਨੀਵਰਸਟੀਆਂ ਕਿੰਨੀਆਂ ਨੇ ਤੇ ਉਹਨਾਂ ਦੇ ਨਾਮ ਦੱਸੋ ਤੇ ਸਾਡੇ ਸਾਹਮਣੇ ਚਾਰ ਯੂਨੀਵਰਸਟੀਆਂ ਦੇ ਨਾਮ ਆਉਂਦੇ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਪਰਮਾਤਮਾ ਦੀ ਕਿਰਪਾ ਨਾਲੇ ਚਾਰੋ ਯੂਨੀਵਰਸਿਟੀਆਂ ਪੂਰੇ ਪੰਜਾਬ ਦੇ ਵਿੱਚ ਸਨ ਤੇ ਹਿੰਦੁਸਤਾਨ 'ਚ ਆਪਣਾ ਨਾਮ ਰੱਖਦੀਆਂ ਸੀ ਚਾਹੇ ਉਹ ਖੇਡਾਂ ਦਾ ਖੇਤਰ ਸੀ ਗੁਰਨਾਨ ਦੇਵ ਯੂਨੀਵਰਸਿਟੀ ਦਾ ਉਹਨਾਂ ਹੀ ਨਾਂ ਸੀ ਜਦੋਂ 올 ਇੰਡੀਆ ਯੂਨੀਵਰਸਿਟੀ ਟਰਾਫੀ ਹੁੰਦੀ ਸੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਤੇ ਸੌਰੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਉੱਤੇ ਬਹੁਤ ਦੇਰ ਕਾਬਜ ਰਹਿੰਦੀ ਸੀ ਤੇ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਹਨਾਂ ਦਾ ਇੱਕ ਬਹੁਤ ਵੱਡਾ ਰੈਪਿਊਟੇਸ਼ਨ ਸੀ ਤੇ ਤੁਸੀਂ ਉਸ ਸਮੇਂ ਦੇ ਆ ਮੈਂ ਉਸ ਸਮੇਂ ਦਾ ਪੜਿਆ ਹੋਇਆ ਹਾਂ ਜਦੋਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਵੀ ਪੋਸਟ ਖਾਲੀ ਨਹੀਂ ਸੀ ਹੁੰਦੀ ਜੀ ਕਾਲਜਾਂ ਦਾ ਵੀ ਇਹੀ ਹਾਲ ਸੀ ਯੂਨੀਵਰਸਿਟੀਆਂ ਦਾ ਵੀ ਇਹੀ ਹਾਲ ਸੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਲਈ ਵਾਕਿਆ ਹੀ ਇੱਕ ਮੁਕਾਬਲੇ ਦੀ ਭਾਵਨਾ ਹੁੰਦੀ ਸੀ ਉਹ ਹੁਣ ਵੀ ਆ ਜੀ ਤੇ ਫਿਰ ਹੈਰਾਨੀ ਦੀ ਗੱਲ ਆ ਕਿ ਪੰਜਾਬੀ ਯੂਨੀਵਰਸਿਟੀ ਵਰਗੀ ਸੰਸਥਾ ਦੇ ਵਿੱਚ ਮੁਲਾਜ਼ਮਾਂ ਨੂੰ 2-2 ਮਹੀਨੇ ਤੋਂ ਤਨਖਾਹ ਜਿਹੜੀ ਉਹ ਕਿਉਂ ਨਹੀਂ ਮਿਲ ਰਹੀ ਜੀ ਪ੍ਰਮੇਂਦਰ ਜੀ ਉੱਥੇ ਸਰਕਾਰ ਦੀ ਜਿਹੜੀ ਨੀਤੀ ਆ ਉਹ ਕੰਮ ਕਰ ਰਹੀ ਆ ਕਿ ਸਰਕਾਰ ਨੂੰ ਇਦਾਂ ਲੱਗਦਾ ਆ ਕਿ ਸਿਹਤ ਤੇ ਐਜੂਕੇਸ਼ਨ ਉਹਨਾਂ ਲਈ ਕਿਸੇ ਕੰਮ ਦੇ ਵਿਸ਼ੇ ਨਹੀਂ ਹੈਗੇ ਸਰਕਾਰਾਂ ਕਿਤੇ ਨਾ ਕਿਤੇ ਪਬਲਿਕ ਜਿਹੜੀਆਂ ਹੁੰਦੀਆਂ ਕੰਪਨੀਆਂਜ਼ ਵਰਗੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂਜ਼ ਵਾਂਗੂ ਬਿਹੇਵ ਕਰਦੀਆਂ ਫਾਈਨੈਂਸ ਮਿਨਿਸਟਰ ਸਾਹਿਬ ਇੱਕ ਵਾਰੀ ਇਹ ਵੀ ਕਹਿੰਦੇ ਸੁਣੇ ਗਏ ਕਿ ਯਾਰ ਤੁਸੀਂ ਆਪਣੇ ਖਰਚੇ ਜਿਹੜੇ ਆ ਆਪ ਚਲਾਓ ਬਹੁਤ ਹੈਰਾਨੀ ਦੀ ਗੱਲ ਹੋਊਗੀ ਤੁਹਾਨੂੰ ਇਹ ਜਾਣ ਕੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਸ ਵੇਲੇ ਅਧਿਆਪਕਾਂ ਨੂੰ ਹਾਜ਼ਰੀ ਰਜਿਸਟਰ ਵੀ ਸਰਕਾਰ ਨਹੀਂ ਦੇ ਰਹੀ ਇਦਾਂ ਵੀ ਹੁੰਦਾ ਬਿਲਕੁਲ ਇਦਾਂ ਹੀ ਹੋ ਰਿਹਾ ਜੀ ਜੀ ਤੇ ਉੱਥੇ ਬਹੁਤ ਬੁਰੇ ਤਰੀਕੇ ਨਾਲ ਜਿਹੜੀ ਸਟੇਸ਼ਨਰੀ ਆ ਉਹਦੀ ਸ਼ਾਰਟੇਜ ਜੀ ਪੋਸਟਾਂ ਬਹੁਤ ਸਾਰੀਆਂ ਘਟ ਨੇ ਹਮ ਤੁਸੀਂ ਹੁਣ ਹੈਰਾਨੀ ਦੀ ਗੱਲ ਮੈਂ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਕਿ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਮੁਲਕ ਹੁਣ ਜਿੰਨਾ ਤਰਕੀ ਤੇਤਨੇ ਨਹੀਂ ਸੀਗਾ ਜੀ ਹੁਣ ਜਿੰਨਾ ਪੈਸੇ ਦਾ ਪਸਾਰ ਨਹੀਂ ਸੀਗਾ ਪਰ ਫਿਰ ਵੀ ਅਧਿਆਪਕ ਜਿਹੜੇ ਆ ਉਹ ਪ੍ਰੋਪਰਲੀ ਅਧਿਆਪਕਾਂ ਨੂੰ ਤਨਖਾਹ ਮਿਲਦੀ ਸੀ ਤੇ ਪੋਸਟਾਂ ਸਾਰੀਆਂ ਭਰੀਆਂ ਹੁੰਦੀਆਂ ਸੀ ਤੇ ਹੁਣ ਸਰਕਾਰ ਕਿੱਥੇ ਚਲੀ ਗਈ ਕਿੱਥੇ ਇਹਨਾਂ ਦੇ ਫੰਡਸ ਚਲੇ ਗਏ ਇਹ ਸੋਚਣਾ ਪਊਗਾ ਸਾਨੂੰ ਤੇ ਆਉਣ ਵਾਲਾ ਸਮਾਂ ਇਹਨਾਂ ਸਰਕਾਰਾਂ ਤੋਂ ਜਵਾਬ ਮੰਗੂਗਾ ਕਿ ਕਿਉਂ ਤੁਸੀਂ ਆਪਣੀਆਂ ਵਿਦਿਅਕ ਸੰਸਥਾਵਾਂ ਨੂੰ ਨਹੀਂ ਚਲਾ پا ਰਹੇ ਵਪਾਰ ਬਣਾਤਾ ਉਤੋਂ ਕਮਾਈ ਜ਼ਿਆਦਾ ਹੋਣ ਲੱਗ ਪਈ ਤੇ ਉਹ ਸਾਹਮਣੇ ਤੋਂ ਇਹ ਬਿਲਕੁਲ 90 ਤੋਂ ਪਹਿਲਾਂ ਪ੍ਰਾਈਵੇਟ ਯੂਨੀਵਰਸਿਟੀਆਂ ਨਹੀਂ ਸਿਗੀਆਂ ਬਾਅਦ ਵਿੱਚ ਹੀ ਹੋਣ ਚਾਹੀਆਂ ਤੇ ਉਦੋਂ ਲੱਗਦਾ ਸੀਗਾ ਕਿ ਮੁਕਾਬਲੇ ਜਿਹੜੀ ਮੁਕਾਬਲੇ ਦੀ ਭਾਵਨਾ ਹੈ ਉਹ ਵਧੂਗੀ ਪਰ ਇਦਾਂ ਹੋਇਆ ਨਹੀਂ ਹੋਇਆ ਉਹਦੇ ਉਲਟ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਬਹੁਤ ਥੋੜੀ ਤਨਖਾਹ ਤੇ ਬੰਦੇ ਮਿਲਣ ਲੱਗੇ ਤੇ ਸਰਕਾਰਾਂ ਨੂੰ ਇਹ ਲੱਗਾ ਕਿ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਇੰਨੇ ਘੱਟ ਪੈਸਿਆਂ ਤੇ ਬੰਦੇ ਮਿਲਦੇ ਨੇ ਪ੍ਰੋਫੈਸਰਸ ਮਿਲਦੇ ਨੇ ਲੈਕਚਰਰ ਮਿਲਦੇ ਨੇ ਅਸਿਸਟੈਂਟ ਪ੍ਰੋਫੈਸਰ ਮਿਲਦੇ ਨੇ ਤੇ ਫਿਰ ਸਾਨੂੰ ਇਹ ਨਾ ਯੂਨੀਵਰਸਿਟੀਆਂ ਦੇ ਲੋਕਾਂ ਨੂੰ ਇੰਨੇ ਜ਼ਿਆਦਾ ਪੈਸੇ ਦੇਣ ਦੀ ਕੀ ਜ਼ਰੂਰਤ ਹੈ ਬਹੁਤ ਹੀ ਮੰਦਭਾਗੀ ਘਟਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਹੋਰ ਬੜੀ ਹੈਰਾਨੀਜਨਕ ਘਟਨਾ ਤੁਹਾਨੂੰ ਮਿਲੂਗੀ ਉੱਥੇ 60 ਤੋਂ ਜ਼ਿਆਦਾ ਪ੍ਰੋਫੈਸਰ ਔਨ ਜੋਬ ਨੇ ਜਿਨ੍ਹਾਂ ਕੋਲ ਡਿਗਰੀਆਂ ਜਾਲੀ ਨੇ ਜਿਹੜੀ ਜਿਨ੍ਹਾਂ ਦੀ ਇਨਕੁਆਰੀ ਚੱਲ ਰਹੀ ਹੈ ਹੇ ਇਦਾਂ ਵੀ ਹੁੰਦਾ ਬਿਲਕੁਲ ਜੀ ਨੌਕਰੀ ਕਰੀ ਜਾਂਦੇ ਤਨਖਾਹਾਂ ਦੇ ਗੱਫੇ ਲਈ ਜਾਂਦੇ ਡਿਗਰੀਆਂ ਉਨਾਂ ਕੋਲ ਜਾਲੀ ਨਹੀਂ ਉਹਨਾਂ ਦੀ ਇਨਕੁਆਰੀ ਚੱਲ ਰਹੀ ਆ ਸਿੰਡੀਕੇਟ ਦੀ ਮੀਟਿੰਗ ਹੋਣੀ ਸੀ ਪਿਛਲੇ ਦਿਨੀ ਤੇ ਸ਼ਾਮ ਨੂੰ ਮੈਸੇਜ ਆ ਗਿਆ ਕਿ ਉਹ ਮੀਟਿੰਗ ਜਿਹੜੀ ਆ ਬਰਖਾਸਤ ਕਰ ਦਿੱਤੀ ਗਈ ਉਹ ਬਰਖਾਸਤ ਇਸੇ ਕਰਕੇ ਹੋ ਗਈ ਆ ਕਿ ਕੋਈ ਨਾ ਕੋਈ ਕਿਤੇ ਨਾ ਕਿਤੇ ਪਹੁੰਚ ਗਿਆ ਤੇ ਦੇਖੋ ਜੀ ਜਦੋਂ ਮੀਟਿੰਗ ਹੋਣੀ ਆ ਉਦੋਂ ਇਨਕੁਆਰੀ ਦਾ ਵਿਸ਼ਾ ਸਾਹਮਣੇ ਆਉਣਾ ਤੇ ਇਨਕੁਆਰੀ ਆਊਗੀ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਗੱਲ ਕਿੱਧਰ ਦੀ ਕਿੱਧਰ ਜਾਵੇਗੀ ਸੋ ਤਨਖਾਹ ਜਿਹੜੀ ਆ 2 ਮਹੀਨਿਆਂ ਤੋਂ ਨਹੀਂ ਮਿਲੀ ਉਹ ਤਾਂ ਇੱਕ ਵੱਖਰੀ ਗ ਹੋਸਟਲਸ ਜਿਹੜੇ ਆ ਉਥੇ ਨਵੇਂ ਨਹੀਂ ਬਣ ਰਹੇ ਜਦੋਂ ਦੀ ਯੂਨੀਵਰਸਿਟੀ ਬਣੀ ਆ ਉਸ ਤੋਂ ਬਾਅਦ ਨਵੇਂ ਹੋਸਟਲ ਨਹੀਂ ਬਣੇ ਤੇ ਜਿਹੜੇ ਬੱਚੇ ਆ ਉਹ ਬਾਹਰ ਰਹਿਣ ਲਈ ਮਜਬੂਰ ਨੇ ਤੇ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਉਹ ਇਸੇ ਕਰਕੇ ਪੜ੍ਹਾਈ ਛੱਡ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਬਾਹਰ ਰਹਿਣਾ ਪੈਂਦਾ ਤੇ ਬਾਹਰ ਜਿਹੜੇ ਖਰਚੇ ਬਹੁਤ ਜ਼ਿਆਦਾ ਨੇ ਦੇਖੋ ਅਸੀਂ ਜਦੋਂ ਗੱਲ ਕਰਦੇ ਆ ਐਜੂਕੇਸ਼ਨ ਦੀ ਤੇ ਅਸੀਂ ਇਹ ਵੀ ਅਕਸਰ ਕਹਿੰਦੇ ਆ ਕਿ ਉਹ ਕੌਮਾਂ ਤਰੱਕੀ ਕਰਦੀਆਂ ਜਿੱਥੇ ਟੀਚਰ ਤੇ ਪ੍ਰੀਚਰ ਚੰਗੇ ਹੁੰਦੇ ਨੇ ਅਧਿਆਪਕਾਂ ਨੂੰ ਅਸੀਂ ਨੇਸ਼ਨ ਬਿਲਡਰਸ ਕਹਿੰਦੇ ਆ ਜੀ ਤੇ ਫਿਰ ਜੇ ਅਸੀਂ ਉਹਨਾਂ ਨੂੰ ਹੀ ਪੈਸੇ ਨਹੀਂ ਦੇਵਾਂਗੇ ਉਹਨਾਂ ਨੂੰ ਤਨਖਾਹ ਨਹੀਂ ਮਿਲੇਗੀ ਤਾਂ ਉਹ ਕਿਵੇਂ ਪੜਾਉਣਗੇ ਜੀ ਇਹਦੇ ਨਾਲ ਮਿਲਦੀ ਜੁਲਦੀ ਘਟਨਾ ਪਿੱਛੇ ਜੇ ਪਿਛਲੇ ਕੁਝ ਸਮੇਂ ਚ ਜਰਮਨ ਚ ਹੋਈ ਹੈ ਪਰਮੇਂਦਰ ਜੀ ਜੀ ਉੱਥੇ ਕੁਝ ਲੋਕਾਂ ਨੇ ਚਾਂਸਲਰ ਨੂੰ ਸ਼ਿਕਾਇਤ ਕੀਤੀ ਹੈ ਜਿਹੜਾ ਜਰਮਨ ਦੀ ਸਰਕਾਰ ਦਾ ਮੁਖੀ ਉਹਨੂੰ ਚਾਂਸਲਰ ਕਹਿੰਦੇ ਆ ਹਮ ਹਮ ਕਿ ਇੱਥੇ ਜਿਹੜੇ ਟੀਚਰਸ ਨੇ ਉਹ ਬਹੁਤ ਹਾਈਲੀ ਪੇਡ ਨੇ ਤੇ ਅਸੀਂ ਉਹਨਾਂ ਤੋਂ ਸੀਨੀਅਰ ਆ ਉਹ ਕੁਝ ਹੋਰ ਆਫੀਸਰਸ ਹੋਣਗੇ ਤੇ ਜਿਹੜੀ ਇਹਨਾਂ ਦੀ ਤਨਖਾਹ ਆ ਉਹ ਸਾਡੀ ਤਨਖਾਹੋਂ ਤੋਂ ਵਧਾਈ ਜਾਵੇ ਤੇ ਚਾਂਸਲਰ ਨੇ ਉਹਨਾਂ ਦੀ ਜਿਹੜੀ ਅਪੀਲ ਸੀ ਜਿਹੜੀ ਉਹਨਾਂ ਦੀ ਚਿੱਠੀ ਸੀ ਉਹਨੂੰ ਮੁੱਢੋਂ ਦਰਕਨਾਰ ਕਰ ਦਿੱਤਾ ਰਿਜੈਕਟ ਕਰ ਦਿੱਤਾ ਕਿ ਨਹੀਂ ਇਹ ਉਹ ਲੋਕ ਨੇ ਜਿਹੜੇ ਤੁਹਾਨੂੰ ਸੀਨੀਅਰ ਬਣਾਉਂਦੇ ਨੇ ਜੀ ਜੇ ਅਸੀਂ ਆਪਣੀਆਂ ਯੂਨੀਵਰਸਿਟੀਆਂ ਦੀ ਗੱਲ ਕਰੀਏ ਤੇ ਇਹਨਾਂ ਦੀ ਜੇ ਲਿਸਟ ਹੀ ਬਣਾਣੀ ਹੋਵੇ ਵੀ ਇਥੋਂ ਕਿਹੜੇ ਕਿਹੜੇ ਲੋਕ ਪੜ ਕੇ ਕਿੱਥੇ ਕਿੱਥੇ ਪਹੁੰਚੇ ਨੇ ਹੂੰ ਹੂੰ ਤੇ ਉਹ ਜਿਹੜੀ ਲਿਸਟ ਹੈ ਉਹ ਆਪਣੇ ਆਪ ਚ ਵੱਡੀ ਹੋ ਜਾਏਗੀ ਮੈਂ ਹੋਰ ਇੱਕ ਗੱਲ ਦੱਸਣੀ ਸੀ ਤੁਹਾਨੂੰ ਮੈਨੂੰ ਉਥੋਂ ਪਤਾ ਲੱਗੀ ਗੱਲ ਕਿ ਇੱਕ ਟਾਈਮ ਸੀ ਜਦੋਂ ਪ੍ਰੋਫੈਸਰ ਗੰਡਾ ਸਿੰਘ ਹਿਸਟੋਰੀਅਨ ਜਿਹੜੇ ਵੱਡੇ ਮਹਾਨ ਸਿੱਖ ਹਿਸਟੋਰੀਅਨ ਸੀ ਉਹ ਯੂਨੀਵਰਸਿਟੀ 'ਚ ਹੁੰਦੇ ਸੀ ਤੇ ਪ੍ਰਤਾਪ ਸਿੰਘ ਕੈਰੋਂ ਉਹਨਾਂ ਨੂੰ ਕਦੇ ਮਿਲਣ ਗਏ ਜੀ ਤੇ ਕੈਰੋਂ ਸਾਹਿਬ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਗੱਡੀ ਜਿਹੜੀ ਆ ਪ੍ਰੋਫੈਸਰ ਸਾਹਿਬ ਦੇ ਆਫਿਸ ਲਾਗੇ ਨਹੀਂ ਲਿਆਉਣੀ ਪਿੱਛੇ ਹੀ ਖਲਾਰ ਦੇਣੀ ਆ ਤੇ ਤੂੰ ਵੀ ਮੇਰੇ ਨਾਲ ਨਹੀਂ ਜਾਣਾ ਹੂੰ ਹੂੰ ਤੇ ਮੈਂ ਜਿਸ ਬੰਦੇ ਨੂੰ ਮਿਲਣ ਜਾ ਰਿਹਾ ਮੈਂ ਭਾਵੇਂ ਮੁੱਖ ਮੰਤਰੀ ਆ ਪਰ ਉਹਦਾ ਅਹੁਦਾ ਉਹਦਾ ਰਤਬਾ ਤੇ ਉਹਦਾ ਗਿਆਨ ਮੇਰੇ ਨਾਲੋਂ ਬਹੁਤ ਵੱਡਾ ਆ ਤੇ ਮੈਂ ਉਹਨੂੰ ਪੈਦਲ ਮਿਲਣ ਜਾਣਾ ਇਹ ਉਸ ਵੇਲੇ ਦਾ ਹਾਲਾਤ ਸੀ ਜੀ ਤੇ ਹੁਣ ਇਨਾਂ ਹੀ ਯੂਨੀਵਰਸਟੀਆਂ ਦਾ ਹਾਲਾਤ ਇੰਨੇ ਬੁਰੇ ਹੋ ਗਏ ਕਿ ਇੱਥੇ ਜਦੋਂ ਵੀਸੀ ਲੱਗਣਾ ਹੁੰਦਾ ਤੇ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ ਆਉਂਦੀ ਆ ਕਿ ਵੀਸੀ ਦੀ ਪੋਸਟ ਖਾਲੀ ਆ ਜੀ ਜਦੋਂ ਅਸੀਂ ਇਸ ਮਸਲੇ ਦੇ ਵਿੱਚ ਸਰਦਾਰਾ ਸਿੰਘ ਜੋਲ ਦੀ ਗੱਲ ਸੁਣਦੇ ਆ ਤੇ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਕਹਿੰਦਾ ਮੈਂ ਵੀਸੀ ਲੱਗਣਾ ਉਹਨੂੰ ਕਦਾਈਂ ਨਹੀਂ ਲਾਉਣਾ ਚਾਹੀਦਾ ਜੀ ਸਮਾਏ ਹੋਵੇ ਗੱਲ ਇਹ ਹੋਵੇ ਕਿ ਤੁਸੀਂ ਆਪਣੇ ਸਟੇਟ ਦਾ ਦਨੇਸ਼ਵਰ ਪੜੇ ਲਿਖੇ ਲੋਕ ਜਿਹੜੇ ਇਸ ਵਿਸ਼ੇ ਨੂੰ ਇਸ ਮੁੱਦੇ ਨੂੰ ਇਸ ਅਹੁਦੇ ਨੂੰ ਸਤਕਾਰ ਦੇ ਸਕਣੇ ਸੌਦੇ ਨੂੰ ਵਧਾ ਸਕਣ ਉਹਨਾਂ ਨੂੰ ਆਪ ਲਿਆ ਕੇ ਉੱਥੇ ਅਪਾਇੰਟ ਕਰੋ ਤੇ ਮੁੱਖ ਮੰਤਰੀ ਉਹਦੀ ਪਿੱਠ ਤੇ ਖੜਾ ਹੋਵੇ ਕਿ ਤੁਸੀਂ ਇਸ ਵਿਕਾਰੀ ਸੰਸਥਾ ਦੇ ਵਿੱਚ ਕੰਮ ਕਰੋ ਤੁਹਾਨੂੰ ਅਸੀਂ ਪੂਰੀ ਦੀ ਪੂਰੀ ਜਿਹੜੀ ਆ ਖੁਦਮੁਖਤਿਆਰੀ ਦਵਾਂਗੇ ਤਾਂ ਜੋ ਤੁਸੀਂ ਕੰਮ ਕਰ ਸਕੋ ਤੇ ਸ਼ਰਮਾ ਜੀ ਜਿਹੜੇ ਮੁੱਦੇ ਤੁਸੀਂ ਕਹੇ ਨੇ ਇਹਨਾਂ ਦਾ ਹੱਲ ਕਿੱਥੋਂ ਲੱਭੇਗਾ ਸਾਨੂੰ ਪਰਮੇਂਦਰ ਜੀ ਬਹੁਤ ਸੌਖਾ ਜਿਹਾ ਹਾਲਿਆ এডਿਕੇਸ਼ਨ ਦੀ ਜੇ ਅਸੀਂ ਗੱਲ ਕਰੀਏ ਪਹਿਲਾਂ ਤਾਂ ਸਰਕਾਰਾਂ ਨੂੰ ਆਪਣਾ ਮਾਈਂਡਸੈਟ ਬਦਲਣਾ ਪਵੇਗਾ ਕਿ ਇਹ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਹਸਪਤਾਲ ਇਹ ਕਮਾਈ ਦਾ ਸਾਧਨ ਨਹੀਂ ਹੈ ਜੀ ਅਸੀਂ ਦੁਨੀਆ ਦੀ ਗੱਲ ਕਰੀਏ ਤੇ ਸਾਰੀ ਦੁਨੀਆ ਆਪਣੀ এডਿਕੇਸ਼ਨ ਜਿਹੜੀਆਂ ਇੰਸਟੀਟਿਊਸ਼ਨ ਉਹਨਾਂ ਨੂੰ ਫੰਡਿੰਗ ਕਰਦੀ ਹੈ ਜੀ ਤੇ ਉਹ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਰਿਸਰਚ ਦਾ ਕੰਮ ਕਰਦੀਆਂ ਆ ਉਹ ਸਾਡੇ ਸਮਾਜ ਨੂੰ ਨਵੀਂ ਸੇਧ ਦਿੰਦੀਆਂ ਨੇ ਸਰਕਾਰ ਨੂੰ ਸਿਰਫ ਦੋ ਕੰਮ ਕਰਨੇ ਨੇ ਅਕਾਉਂਟੇਬਿਲਟੀ ਸੈੱਟ ਕਰਨੀ ਆ ਤੇ ਫੰਡ ਦੇਣੇ ਨੇ ਜੀ ਤੇ ਇੱਥੇ ਇੱਕ ਗੱਲ ਹੋਰ ਦੱਸਣੀ ਬਣਦੀ ਆ ਸ਼ਾਇਦ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੋ ਰਿਹਾ ਪਰ ਇੱਕ ਗੱਲ ਮੁੱਖ ਮੰਤਰੀ ਸਾਹਿਬ ਨਾਲ ਜੁੜੀ ਹੋਈ ਆ ਅੱਛਾ ਜੀ ਜਦੋਂ ਇਲੈਕਸ਼ਨ ਸੀਗੀਆਂ 2017 ਦੀਆਂ ਤੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਸੀ ਉਹਦਾ ਆਖਰੀ ਦਿਨ ਸੀ ਉਸ ਦਿਨ ਇਸੇ ਯੂਨੀਵਰਸਿਟੀਆਂ ਦੇ ਕੁਝ ਰਿਸਰਚ ਸਕਾਲਰ ਤੇ ਕੁਝ ਪ੍ਰੋਫੈਸਰ ਤੇ ਕੁਝ ਅਸਿਸਟੈਂਟ ਪ੍ਰੋਫੈਸਰ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਦੀ ਸਾਰੀ ਜਿਹੜੀ ਆ 20-25 ਮਿੰਟ ਦੀ ਗੱਲਬਾਤ ਹੋਈ ਤੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਜਦੋਂ ਸਾਰੇ ਐਜੂਕੇਸ਼ਨ ਸਿਸਟਮ ਨੂੰ ਸਾਂਉਂ ਥਾਉ ਸਿਰ ਕਰਨ ਲਈ ਖਰਚ ਪੁੱਛਿਆ ਤੇ ਜਿਹੜੇ ਉਹਨਾਂ ਨੇ ਪੈਸੇ ਦੱਸੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਸਿਰਫ ਇਹ 100 200 400 ਕਰੋੜ ਦੀ ਗੱਲ ਹੈ ਜਿਹੜੀ ਤੁਹਾਡੀ ਅਜੇ ਤੱਕ ਮੰਨੀ ਨਹੀਂ ਗਈ ਮੈਨੂੰ ਮੁੱਖ ਮੰਤਰੀ ਬਣਨ ਦਿਓ ਸੌ ਖਾਨ ਸੌ ਚੁੱਕਣ ਤੋਂ ਬਾਅਦ ਮੈਂ ਪਹਿਲਾ ਕੰਮ ਇਹੀ ਕਰਾਂਗਾ ਕਿ ਸਾਡੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਠੀਕ ਹੋ ਜਾਊਗਾ ਪਰ ਜਦੋਂ ਲੀਡਰ ਸੱਤਾ ਤੋਂ ਬਾਹਰ ਹੁੰਦੇ ਨੇ ਜਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਹੱਲ ਹੋਰ ਹੁੰਦਾ ਹੈ ਤੇ ਹੁਣ ਉਸ ਤੋਂ ਬਾਅਦ ਵਿੱਚ ਜਿਹੜਾ ਹੱਲ ਆਉ ਖੋਰ ਹੋ ਜਾਂਦਾ ਗੱਲ ਹੋਰ ਹੋ ਜਾਂਦੀ ਹੈ এডਿਕੇਸ਼ਨ ਸਿਸਟਮ ਨੂੰ ਸੁਧਾਰਨਾ ਕੋਈ ਔਖਾ ਨਹੀਂ ਆ ਉਹਦੇ ਲਈ ਕੁਝ ਪੈਸੇ ਵੀ ਬਹੁਤ ਨਹੀਂ ਲੱਗਦੇ ਪਰ ਸਿਰਫ ਔਰ ਸਿਰਫ ਤੁਹਾਡੀ ਜਿਹੜੀ ਆ ਸੱਦ ਨੀਤੀ ਦੀ ਲੋੜ ਹੈ ਜੀ ਤੇ ਇਸ ਵੇਲੇ ਸੱਦ ਨੀਤੀ ਸਮੇਂ ਦੀ ਮੰਣੀ ਪੈਣੀ ਹੈ ਮੁੱਦੇ ਤੇ ਬੜੇ ਨੇ ਪਰ ਵੇਲਾ ਖਤਮ ਹੈ ਸੋ ਅਮਰਜੀਤ ਤੁਸੀਂ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ ਵਿਸਥਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ